ਔਰਤ ਜਗ ਜਲਣੜੀ ਹੈ ਔਰਤ 9 ਮਹੀਨੇ ਲਈ ਪੇਟ 'ਚ ਅਜਹੀ ਅੱਗ ਲੈ ਕੇ ਤੁਰੇ ਫਿਰਦੀ ਹੈ ਜਿਹੜੀ ਦੁਨੀਆ ਬਦਲਦੀ ਹੈ ਯਾਨੀ ਕਿ ਮੈਂ ਕਹਿ ਰਿਹਾ ਕਿ ਮਰਦ ਜਿਹੜਾ ਹੁੰਦਾ ਹੈ ਉਹ ਇੰਨਾ ਸਹਿਣਸ਼ੀਲ ਨਹੀਂ ਹੁੰਦਾ ਜਿੰਨੀ ਔਰਤ ਹੈ ਔਰਤ ਦੁਨੀਆ ਬਦਲਦੀ ਹੈ ਪਰਿਵਾਰ ਬਦਲਦੀ ਹੈ ਔਰ ਹਰ ਦੇਸ਼ ਮੁਲਕ ਦੀ ਨੁਹਾਰ ਬਦਲਦੀ ਹੈ ਇਸ ਵਾਰ ਜੇ ਗੱਲ ਕਰੀਏ ਫਾਰਮਰ ਪ੍ਰੋਟੈਸਟ ਦੀ ਯਾਨੀ ਕਿ ਸਾਡੇ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਵੀ ਔਰਤ ਨੇ ਨਵਾਂ ਰੂਪ ਲੈ ਕੇ ਆਂਦਾ ਮੈਂ ਗੱਲ ਕਰ ਰਿਹਾ ਹਾਂ ਇੰਟਰਨੈਸ਼ਨਲ ਸੈਲੀਬ੍ਰਿਟੀ ਰਹਿਾਨਾ ਦੀ ਇੱਕ ਟਵੀਟ ਨੇ ਸਾਰਾ ਦੇਸ਼ ਹਿਲਾ ਕੇ ਰੱਖ ਦਿੱਤਾ ਸਰ ਜੀ ਗੱਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੁੱਦਾ ਤੇ ਮੈਂ ਹਾਂ 모ਹਿਤ ਰੁਬਲ ਤੇ ਮੇਰੇ ਨਾਲ ਨੇ ਜਤਿਹਦਰ ਸਿੰਘ ਖਹਿਰਾ ਜੀ ਤੇ ਜਿਵੇਂ ਕੀ ਕਰਸਾ ਤੁਸੀਂ ਗੱਲ ਕੀਤੀ ਵਾਕਿ ਬਾਖੂ ਵੀ ਬੜੀ ਸੋਹਣੀ ਗੱਲ ਕੀਤੀ ਹੈ ਕਿ ਕੱਲੀ ਇੱਕ ਔਰਤ ਨੇ ਐਂਡ ਇਵਨ ਸਿਰਫ 7 ਤੋਂ 8 ਅੱਖਰਾਂ ਨੇ ਪੂਰਾ ਦਾ ਪੂਰਾ ਮੈਂ ਕਹਿੰਦਾ ਪੂਰੀ ਦੁਨੀਆ ਜਿਹੜੀ ਹੈ ਉਹ ਹਲਾ ਦਿੱਤੀ ਹੈ ਖਾਸ ਕਰਕੇ ਭਾਰਤ ਭਾਰਤ ਦੀ ਸਰਕਾਰ ਜਿਹੜੀ ਹੈ ਜੋ ਕਿ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ ਕਿ ਇਸ ਅੰਦੋਲਨ ਨੂੰ ਮਤਲਬ ਰੋਕਿਆ ਜਾਵੇ ਲੋਕਾਂ ਨੂੰ ਪਤਾ ਹੀ ਨਹੀਂ ਚੱਲੇ ਕਿ ਉੱਥੇ ਕੀ ਚੱਲ ਰਿਹਾ ਵਾ ਕਿੱਲਾਂ ਲਾ ਦਿੱਤੀ ਜਾਂਦੀਆਂ ਨੇ ਬੈਰੀਕਡਸ ਵੱਡੇ ਤੋਂ ਵੱਡੇ ਬੈਰੀਕਡਸ ਲਗਾ ਦਿੱਤੇ ਜਾਂਦੇ ਨੇ ਨੈੱਟ ਬੰਦ ਕਰ ਦਿੱਤਾ ਜਾਂਦਾ ਹੈ ਪਰ ਸਿਰਫ ਇੱਕ ਰਿਹਾਨਾ ਦੇ ਇੱਕ ਸਿੰਗਲ ਟਵੀਟ ਕਰਕੇ ਪੂਰੀ ਦੁਨੀਆ ਚ ਦੁਬਾਰਾ ਇੱਕ ਵਾਰ ਫੇਰ ਜਿਹੜਾ ਅੰਦੋਲਨ ਜਿਹੜਾ ਪਿਛਲੇ 70 ਤੋਂ ਵੱਧ ਦਿਨਾਂ ਤੋਂ ਚੱਲ ਰਿਹਾ ਇੱਕ ਵਾਰ ਫੇਰ ਲਾਈਮਲਾਈਟ ਵਿੱਚ ਆ ਜਾਂਦਾ ਐਂਡ ਉਸ ਤੋਂ ਬਾਅਦ ਪੂਰੀ ਮੈਂ ਕਹਿੰਨਾ ਪੂਰੀ ਇੱਕ ਝੜੀ ਲੱਗ ਜਾਂਦੀ ਇੱਕ ਲੜੀ ਲੱਗ ਜਾਂਦੀ ਐ ਕਿੰਨੇ ਸਾਰੇ ਹੋਰ ਇੰਟਰਨੈਸ਼ਨਲ ਸਟਾਰਸ ਜਿਹੜੇ ਨੇ ਉਹ ਸੇਮ ਟਵੀਟ ਕਰਦੇ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕਦੇ ਨੇ ਜੋ ਉਸ ਤੋਂ ਬਾਅਦ ਅਮਰੀਕਾ ਦੇ ਕਾਫੀ ਸਾਰੇ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੇ ਵੀ ਸੇਮ ਬੋਲੀ ਬੋਲੀ ਐਂਡ ਫ੍ਰਿਜਨੋ ਦੇ ਮੇਅਰ ਉਹਨਾਂ ਨੇ ਵੀ ਸੇਮ ਗੱਲ ਆਖੀ ਐ ਕਿ ਅਸੀਂ ਅਕਕਿ ਕਿਤੇ ਹੈਰਾਨਗੀ ਵਾਲੀ ਗੱਲ ਹੋਈ ਕਰਤਾਰ ਸਾਹਿਬ ਕਿ ਰਿਹਾਨਾ ਦੇ ਇੱਕ ਟਵੀਟ ਤੋਂ ਬਾਅਦ ਜਿਹੜੀ ਭਾਰਤ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਉਸ ਨੂੰ ਸਫਾਈ ਤੱਕ ਦੇਣੀ ਪੈ ਜਾਂਦੀ ਹੈ ਸੋ ਸਾਰੇ ਗੱਲਾਂ ਬਾਰੇ ਕੀ ਕਹਿੰਦੇ ਹੋ ਦੇਖੋ ਗੱਲ ਤਾਂ ਕੀ ਕਹਿਣੀ ਹੈ ਮੈਂ ਸ਼ੁਰੂ ਤੋਂ ਸ਼ੁਰੂਆਤ ਕਰਕੇ ਦੇਖਦਾ ਜਦੋਂ ਤੁਸੀਂ ਬੀਜੇਪੀ ਦੀ ਗੱਲ ਕਰਦੇ ਆ ਤੇ ਬੀਜੇਪੀ ਕੋਈ ਇਦਾਂ ਲੱਗਦਾ ਨਾ ਤੇ ਦਿਲ ਹੈ ਤੇ ਨਾ ਹੀ ਦਿਮਾਗ ਹੈ ਇਸ ਕਰਕੇ ਕਹਿ ਰਿਹਾ ਦੇਖੋ ਜਦੋਂ ਸੰਘਰਸ਼ ਸ਼ੁਰੂ ਹੁੰਦਾ ਸੰਘਰਸ਼ ਵਿੱਚ ਦੇ ਸ਼ੁਰੂ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਗੱਲਾਂ ਬਾਤਾਂ ਕਰਦੇ ਰਹੇ ਉਹਨਾਂ ਗੱਲਾਂ ਬਾਤਾਂ ਦਾ ਸਿੱਟਾ ਨਹੀਂ ਨਿਕਲਿਆ ਫਿਰ ਸੁਪਰੀਮ ਕੋਰਟ ਜੀ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਕਮੇਟੀ ਬਣਦੀ ਹੈ ਦਿਮਾਗ ਦੀ ਗੱਲ ਦੇਖੋ ਇੱਥੇ ਕਿ ਤੁਸੀਂ ਇਹ ਕਰ ਲਓ ਕਿ ਦੋ ਬੰਦੇ ਤੇ ਉਹ ਪਾ ਲਓ ਜਿਹੜੇ ਤੁਹਾਨੂੰ ਨਾ ਸਪੋਰਟ ਕਰਦੇ ਹੋਣ ਜਾਂ ਇੱਕ ਬੰਦਾ ਉਹ ਪਾ ਲਓ ਜਿਹੜੇ ਤੁਹਾਨੂੰ ਨਾ ਸਪੋਰਟ ਕਰਦੇ ਹੋਣ ਜੀ ਚਾਰੇ ਦੇ ਚਾਰੇ ਬੰਦੇ ਪਾਏ ਉਹ ਬੰਦੇ ਪਾ ਲੇ ਜਿਹੜੇ ਕਿ ਇਹਨਾਂ ਨੂੰ ਸਪੋਰਟ ਕਰਦੇ ਸੀ ਹੂੰ ਉਸ ਤੋਂ ਬਾਅਦ 26 ਜਨਵਰੀ ਦਾ ਪਲਾਨਿੰਗ ਆਉਂਦੀ ਹੈ 26 ਜਨਵਰੀ ਦੀ ਪਲਾਨਿੰਗ ਆ ਪਹਿਲਾਂ ਆਪ ਹੀ ਕਹਿ ਦਿੱਤਾ ਕਿ ਅਸੀਂ ਤਿੰਨ ਸੂਬਿਆਂ ਦੀ ਪੁਲਿਸ ਲਾਈ ਹੈ ਯੂਪੀ ਦੀ ਪੁਲਿਸ ਆ ਜੀ ਦਿੱਲੀ ਦੀ ਪੁਲਿਸ ਆ ਤੇ ਸਾਡੇ ਨਾਲ ਜਿਹੜਾ ਹੈ ਹਰਿਆਣੇ ਦੀ ਪੁਲਿਸ ਕੰਮ ਕਰੂ ਜੀ ਜੀ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਨੇ ਸਨਾਈਪਰ ਤੱਕ ਗੱਲ ਕੀਤੀ ਸੀ ਕਿ ਸਨਾਈਪਰ ਵੀ ਜਿਹੜੇ ਇਹਨਾਂ ਨੇ ਉੱਥੇ ਕੋਈ ਸਨਾਈਪਰ ਵੀ ਨਹੀਂ ਲਿਖਿਆ ਇਹਨਾਂ ਦਾ ਦੇਖੋ ਦਿੱਲੀ ਵਾਲਾ ਇੱਕ ਵੱਡਾ ਜਿਹੜਾ ਇੱਕ ਘਾਣ ਹੋਇਆ ਉਹ ਸਰਕਾਰਾਂ ਦਾ ਕਰਕੇ ਹੋਇਆ ਜੇ ਅਸੀਂ ਲਾਲ ਕਿਲੇ ਦੀ ਗੱਲ ਕਰਦੇ ਆਂ ਤੇ 26 ਜਨਵਰੀ ਹੋਵੇ ਔਰ ਸਰਕਾਰ ਨੂੰ ਪਹਿਲਾਂ ਧਮਕੀਆਂ ਮਿਲੇ ਹੋਵੇ ਕਿ 26 ਜਨਵਰੀ ਦੇ ਦਿਨ ਕੁਝ ਵੱਡਾ ਹੋਣ ਵਾਲਾ ਆ ਪਾਕਿਸਤਾਨ ਦਾ ਹੱਥ ਹੈ ਇਹਨਾਂ ਨੇ ਟਵੀਟ ਕੀਤਾ ਇਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਹੂਮ ਮਿਨਿਸਟਰ ਆ ਉਹਨਾਂ ਦੇ ਬਕਾਇਦਾ ਉਹਨਾਂ ਦੇ ਅਫੀਸ਼ੀਅਲ ਅਕਾਊਂਟ ਤੋਂ ਟਵੀਟ ਹੁੰਦੇ ਆ ਕਿ ਸਾਨੂੰ ਸੀਕ੍ਰੇਟ ਏਜੰਸੀਆਂ ਤੋਂ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਖਦਸ਼ਾ ਜਿਹੜਾ ਹੈ ਪਾਕਿਸਤਾਨ ਕਰਨਾ ਚਾਹੁੰਦਾ ਹੈ ਇਸ ਕਰ ਆਈਟੀ ਯੋਜਨਾ ਨੂੰ ਸੀ ਮਿਨੀ ਸੈਕਰੀਟਰੀਅਟ ਕਹਿੰਨੇ ਆ ਉੱਥੇ ਇੰਨਾ ਘਾਣ ਹੁੰਦਾ ਇਹਨਾਂ ਦੀ ਪੁਲਿਸ ਜਿਹੜੀ ਆ ਉਹ ਕੁਰਸੀਆਂ ਤੇ ਬੈ ਕੇ ਵੇਖਦੀ ਆ ਹਮ ਹੋਵੇ ਤੁਹਾਡੀ ਤਿੰਨ ਸੂਬਿਆਂ ਦੀ ਪੁਲਿਸ ਤੇ ਕੱਲੋ ਕੋਈ ਬੰਦਾ ਘੁੱਸ ਜਾਵੇ ਕਿਸੇ ਜਗ੍ਹਾ ਦੇ ਉੱਤੇ ਤੇ ਤੁਹਾਡੇ ਕੋ ਉਹ ਨਾ ਕੱਢਿਆ ਜਾਵੇ ਤੇ ਤੁਹਾਡੇ ਤੇ ਹਰਦੂ ਲਾਂਤ ਹੈ ਹਮ ਇਸ ਕਰਕੇ ਫਿਰ ਇਹ ਦੂਸਰੀ ਘਟਨਾ ਹੋਗੀ ਜੀ ਹੁਣ ਤੀਸਰੀ ਘਟਨਾ ਜਿਹੜੀ ਨਹਿਾਨਾ ਦਾ ਟਵੀਟ ਆ ਇੱਕ ਮਹਜ ਟਵੀਟ ਆ ਹਮ ਇੱਕ ਟਵੀਟ ਇੱਕ ਸੈਲੀਬ੍ਰਿਟੀ ਟਵੀਟ ਕਰੇ ਤੇ ਤੁਹਾਡੀ ਪੂਰੀ ਸਰਕਾਰ ਹਿਲਜਵੇ ਤੁਹਾਡਾ ਪੂਰਾ ਦੇਸ਼ ਹਿਲਜਵੇ ਤੇ ਤੁਹਾਡੇ ਫਿਰ ਦੁਬਾਰਾ ਤੋਂ ਫਟੇਮ ਹਮ ਕੀ ਕਰ ਸਕਦੇ ਆ ਇਦਾਂ ਹੁੰਦਾ ਨਾ ਕਿ ਚੋਰ ਨੂੰ ਆਪਣਾ ਹੀ ਪਾਲਾ ਮੈਂ ਗੱਲ ਸਵੇਰੇ ਅੱਜ ਕਰਦਾ ਸੀ ਕਿ ਬਈ ਟਵੀਟ ਹੀ ਆ ਤੇ ਟਵੀਟ ਦਾ ਜਵਾਬ ਨਾ ਦਿੰਦੇ ਤੇ ਐਡੀ ਵੱਡੀ ਗੱਲ ਨਹੀਂ ਸੀ ਬਣਨੀ ਹੂੰ ਸੋ ਚਾਰ ਲੋਕੀ ਗੱਲਾਂ ਕਰ ਲੈਂਦੇ 10 ਲੋਕੀ ਗੱਲਾਂ ਕਰ ਲੈਂਦੇ ਪੰਜਾਬੀ ਗੱਲਾਂ ਕਰ ਲੈਂਦੇ ਹੁਣ ਇਹਨਾਂ ਨੇ ਆਪ ਦੇ ਪੈਰ ਆਪ ਹੀ ਕੋਹਾੜੀ ਮਾਰ ਲਈ ਜੀ ਇੱਕ ਟਵੀਟ ਹੁਣ ਉਹਦੇ ਮੁਕਾਬਲੇ 'ਚ ਟਵੀਟ ਚੱਲਣੇ ਸ਼ੁਰੂ ਹੋ ਗਏ ਆ ਸਚਿੰਤ ਤੰਦੂਲਕਰ ਨੇ ਵੀ ਟਵੀਟ ਕੀਤਾ ਉਹਦੇ ਮੁਕਾਬਲੇ ਚ ਬਈ ਪ੍ਰੋਪਾਗੈਂਡਾ ਆ ਐਦਾਂ ਲੱਗਦਾ ਕਿ ਸਾਰੇ ਜਿਹੜੇ ਸੈਲੀਬ੍ਰਿਟੀ ਆ ਉਹਨਾਂ ਨੂੰ ਇੱਕ ਲਾਈਨ ਚਲੇਗੀ ਆ ਬੀਜੇਪੀ ਦੇ ਸੈੱਲ ਵੱਲੋਂ ਕਿ ਬਈ ਆਹ ਆਲਰੇਡੀ ਲਾਈਨ ਆਏ ਤੁਸੀਂ ਪੋਸਟ ਕਰਨੀਆਂ ਤੁਹਾਨੂੰ ਇੰਨਾ ਕੁਝ ਅਸੀਂ ਦਵਾਂਗੇ ਇੱਕ ਪੋਸਟ ਦੇ ਲਈ ਉਹ ਹੂਬ ਹੋਏ ਦਾ ਲੱਗ ਰਿਹਾ ਅੱਛਾ ਤੁਹਾਨੂੰ ਵੀ ਲੱਗ ਰਿਹਾ ਹੋਗਾ ਮੈਨੂੰ ਇਕੱਲੇ ਨੂੰ ਨਹੀਂ ਲੱਗ ਰਿਹਾ ਤੇ ਉਹ ਇੱਕ ਤਰੀਕੇ ਨਾਲ ਹੱਸ ਹੋਣੀ ਗੱਲ ਹੋ ਗਈ ਹੈ ਕਿ ਬਈ ਸਾਰਿਆਂ ਦਾ ਸਪੈਲਿੰਗ ਵੀ ਸੇਮ ਆ ਸਾਰਿਆਂ ਦਾ ਸਭ ਕੁਝ ਸੇਮ ਆ ਬਿਧ ਪਤੰਦਰੋ ਕੁਝ ਤਾਂ ਬਦਲੋ ਜੇ ਤੁਹਾਡੇ ਕੋਲੇ ਆਪ ਦੇ ਵਿਚਾਰ ਨਹੀਂ ਹੈਗੇ ਤਾਂ ਤਾਂ ਕੁਝ ਉਹਦੇ ਚ ਕ੍ਰੀਏਟੀਵਿਟੀ ਪਾ ਲਓ ਇਹ ਇੱਕ ਤਰੀਕੇ ਇੰਨੇ ਚਿਰ ਦਾ ਟਵੀਟ ਨਹੀਂ ਕਿਸੇ ਨੇ ਕੀਤਾ ਜੀ ਇੰਨੇ ਚਿਰ ਦਾ ਕਿਉਂ ਟਵੀਟ ਨਹੀਂ ਕੀਤਾ ਕਿਸੇ ਸੈਲੀਬ੍ਰਿਟੀ ਨੇ ਟਵੀਟ ਕੀਤਾ ਹੁਣ ਅਕਸ਼ੇ ਕੁਮਾਰ ਵੀ ਆਉਂਦੇ ਆ ਅਜੇ ਦੇਵਗਨ ਵੀ ਆਉਂਦੇ ਆ ਜਿਹੜੇ ਏਡੇ ক্রিকেট ਤੇ ਜਿਹਨੂੰ ਗੁਰੂ ਅਸੀਂ ਕਹਿੰਦੇ ਆ ਸਚਨ ਤੰਦੂਰਕਰ ਉਹ ਫਿਰ ਆਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਹੋਰ ਮੁਲਕ ਨੂੰ ਤਾਂ ਨਹੀਂ ਪਰ ਜਿਹੜੇ ਆਪਣੇ ਹਾਰਡਲਾਈਨਰ ਆ ਬੀਜੇਪ ਜੀ ਸੋ ਜੇ ਉਹ ਅੰਨੀ ਗੱਲ ਨਾ ਬਦੋਂਦੇ ਤੇ ਐਡੀ ਗੱਲ ਬੰਦ ਨਹੀਂ ਸੀਗੀ ਪਰ ਇਹ ਟਵੀਟ ਜਿਹੜਾ ਹੈ ਇਹ ਇੰਟਰਨੈਸ਼ਨਲੀ ਐਕਲੇਮਡ ਕਰ ਰਿਹਾ ਹੈ ਸਾਡੇ ਸਪਰਟੈਸਟ ਨੂੰ ਮੈਨੂੰ ਲੱਗਦਾ ਕਿ ਹੁਣ ਇਹ ਪ੍ਰੋਟੈਸਟ ਮਜ਼ਾ ਆਉਣ ਲੱਗਾ ਪੈਸਪੋਰਟ ਟੈਸਟ ਦੇ ਵਿੱਚ ਕਿ ਸਾਡਾ ਪਲੜਾ ਜਿਹੜਾ ਹੈ ਕਿਸਾਨਾਂ ਦਾ ਪਲੜਾ ਹੈ ਉਹ ਭਾਰੀ ਹੁੰਦਾ ਨਜ਼ਰ ਆ ਰਿਹਾ ਜੀ ਖਰ ਸਰ ਵਾਕਿਆ ਪਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਲੜਾਈ ਹੈ ਜਿਹੜਾ ਅੰਦੋਲਨ ਹੈ ਸਿਰਫ ਟਰੈਕਟਰ ਤੱਕ ਸੀਮਿਤ ਨਹੀਂ ਰਹਿ ਚੁੱਕਿਆ ਕਾਫੀ ਚਿਰਾਂ ਤੋਂ ਟਵਿੱਟਰ ਉੱਤੇ ਸਰਗਰਮ ਹੈ ਸਾਡੇ ਸਾਰੇ ਅੰਦੋਲਨਕਾਰੀ ਉੱਥੇ ਵੀ ਬਖੂਬ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਰਹੇ ਨੇ ਤੁਸੀਂ ਗੱਲ ਕੀਤੀ ਸਚਿਤ ਤੰਦੂਲਕਰ ਹੋਣਾ ਦੀ ਤਾਂ ਇਦਾਂ ਲੱਗ ਰਿਹਾ ਕਿ ਜਿਵੇਂ ਫਾਰਮਰਸ ਦਾ ਤੇ ਕੇਂਦਰ ਸਰਕਾਰ ਦਾ ਅਗਰ ਕੋਈ ਆਪਸ ਮੈਚ ਹੋਵੇਗਾ ਨਾ ਨੇ ਐਂਡ ਕਿਤਨਾ ਕਿਤੇ ਉਹਨਾਂ ਨੇ ਆਪਣੀ ਜਿਹੜੀ ਇੱਜ਼ਤ ਜਿਹੜੀ ਹੈ ਉਹ ਆਪ ਘਟਾਈਏ ਖੈਰ ਸਾਹਿਬ ਇਸ ਤੋਂ ਇਲਾਵਾ ਖੈਰ ਸਾਹਿਬ ਅਸੀਂ ਗੱਲ ਕੀਤੀ ਕਿ ਰਹਿਾਨਾ ਦੇ ਟਵੀਟ ਤੋਂ ਬਾਅਦ ਕਾਫਸਰੇ ਹੋਰਾ ਇੰਟਰਨੈਸ਼ਨਲ ਸਟਾਰਸ ਨੇ ਵੀ ਟਵੀਟ ਕੀਤਾ ਇਸ ਤੋਂ ਬਾਅਦ ਪੂਰਾ ਦਾ ਪੂਰਾ ਜਿਹੜਾ ਬੀਜਪੀ ਆਈਟੀ ਸੈੱਲ ਹੈ ਉਹਨਾਂ ਨੂੰ ਡੀਫੇਮ ਕਰ ਲਾ ਪਿਆ ਕਿ ਯਾਰ ਆ ਤਾਂ ਆ ਬੰਦੇ ਨੇ ਆਜੀ ਖਾਲਿਸਤਾਨੀ ਨੇ ਇਹ ਪਾਕਿਸਤਾਨੀ ਸਪੋਰਟਰ ਨੇ ਇਹਨਾਂ ਦੇ ਆਪਣੇ ਦੇਸ਼ ਚ ਕੀ ਆ ਇਹ ਆਪ ਕੀ ਕਰਦੇ ਨੇ ਸੋ ਰੈਗੂਲਰ ਜੋ ਕਿ ਬੀਜਪੀ ਇੱਥੋਂ ਦੇ ਲੋਕਾਂ ਨਾਲ ਕਰਦਾ ਇੰਟਰਨੈਸ਼ਨਲ ਸਟਾਰਸ ਨਾਲ ਵੀ ਸੇਮ ਬੋਲੀ ਆਪਣਾ ਸੇਮ ਉਹਨਾਂ ਦੇ ਜਿਹੜੀ ਆਪਣੀ ਸੰਸਕ੍ਰਿਤੀ ਹੈ ਕਿ ਸਾਡੀ ਭਾਰਤ ਦੀ ਆ ਸੰਸਕ੍ਰਿਤੀ ਹੈ ਸਾਨੂੰ ਪੈਸੇ ਮਿਲਣੇ ਸਾਨੂੰ ਬੋਲਣ ਦੇ ਅਸੀਂ ਆ ਬੋਲਦੇ ਪਿਆ ਸੋ ਉਹਨਾਂ ਨੇ ਉੱਥੇ ਵੀ ਦਿਖਾਇਆ ਸੋ ਅਮਰੀਕੀ ਫੁੱਟਬਾਲ ਖਿਡਾਰੀ ਨੇ ਜੋ ਜੋ ਸਮਿਟ ਜਿਨ੍ਹਾਂ ਨੇ 10000 ਡਾਲਰ ਦਿੱਤੇ ਨੇ ਕਿਸਾਨ ਤੇ ਉਹਨਾਂ ਨੇ ਦਾੰਡਪਨ ਕੀਤਾ ਸੋ ਐਡੇ ਵੱਡੇ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਜਿਹੜੇ ਕਿਸਾਨ ਉੱਤੇ ਬੈਠੇ ਨੇ ਆਪਣੇ ਹੱਕ ਲੈਣ ਲਈ ਬੈਠੇ ਨੇ ਜਿਹੜੀ ਸੋ ਕੋਲਡ ਲੋਕਤੰਤਰੀ ਸਰਕਾਰ ਹੈ ਭਾਰਤ ਦੀ ਉਹ ਉਹਨਾਂ ਨਾਲ ਕੀ ਕਰ ਰਹੀ ਏ ਨੈਟ ਬੰਦ ਕਰ ਰਹੀ ਏ ਉਹਨਾਂ ਦਾ ਪਾਣੀ ਬੰਦ ਕਰ ਰਹੀ ਏ ਖਾਣਾ ਪੀਣਾ ਉਹਨਾਂ ਦਾ ਬੰਦ ਕਰ ਰਹੀ ਏ ਉਸ ਤੋਂ ਇਲਾਵਾ ਇੰਨੀ ਬੁਰੇ ਤਰੀਕੇ ਦੇ ਨਾਲ ਜਿਹੜੀ ਸਟਰੋਂਗ ਜਿਹੜੀ ਬੈਰੀਕੇਟਿੰਗ ਏ ਉਹ ਲਗਾਈ ਗਈ ਹੈ ਤਾਂ ਜੋ ਕੋਈ ਨਾ ਕੋਈ ਅੰਦਰ ਬੰਦਾ ਜਾ ਸਕੇ ਨਾ ਹੀ ਕੋਈ ਬਾਹਰ ਜਾ ਸਕੇ ਸੋ ਟਵਿੱਟਰ ਦੇ ਉੱਪਰ ਕਾਫੀ ਵੱਡਾ ਕਮਾਸਾਨ ਲੱਗ ਗਿਆ ਜਿਹਨੇ ਤੁਸੀਂ ਨਾਮ ਲਿੱਤਾ ਅਕਸ਼ੇ ਕੁਮਾਰ ਹੁਣ ਦਾ ਸਚਿੰਤ ਤੰਦੂਲਕਰ ਅਜੀ ਦੇਵਗਨ ਸੁਨੀਲ ਸ਼ਰਟੀ ਕਰਨ ਜੋਹਰ ਇਸ ਲਵ ਹੋਰ ਵੀ ਕਾਫੀ ਸਾਰੇ ਸੈਲੀਬ੍ਰਿਟੀਜ਼ ਚਾਹੇ ਬਾਲੀਵੁੱਡ ਦੇ ਨਾਲ ਸੀਗੇ ਚਾਹੇ ਕ੍ਰਿਕਟ ਦੀ ਦੁਨੀਆ ਤੋਂ ਸੀਗੇ ਹਰ ਇੱਕ ਨੇ ਸਰਕਾਰ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕੀਤੀ ਕੁਝ ਕੁ ਲੋਕ ਜਿਹੜੇ ਸੀਗੇ ਉਹਨਾਂ ਨੇ ਇਹਨਾਂ ਦੇ ਅੰਗੇਜੇਟ ਵੀ ਬੋਲਿਆ ਹੁਣ ਉਹਨਾਂ ਵਿੱਚ ਸਭ ਤੋਂ ਪਹਿਲਾਂ ਮੈਂ ਨਾਮ ਲੈਣਾ ਵਾ ਖੈਰਾ ਸਾਹਿਬ ਸਾਡੇ ਪੰਜਾਬੀ ਜਿਹੜੇ ਸਿੰਗਰ ਨੇ ਜੇਐਸਡੀ ਵੀ ਉਹਨਾਂ ਨੇ ਇੱਕ ਇੱਕ ਦੀ ਪੋਸਟ ਨੂੰ ਰੀਸ਼ੇਅਰ ਕੀਤਾ ਤੇ ਇਹਨਾਂ ਠੋਕਵਾ ਜਵਾਬ ਦਿੱਤਾ ਕਿ ਸਾਰੇ ਲੋਕੀ ਪੜ ਕੇ ਹੱਸਦੇ ਸੀਗੇ ਅਸੀਂ ਵੀ ਸ਼ਾਇਦ ਉਹ ਸੇਮ ਡਿੱਟੋ ਵਰਡਿੰਗ ਨਹੀਂ ਬੋਲ ਸਕਦੇ ਪਰ ਤੁਹਾਨੂੰ ਆਪਾਂ ਆਪਣੇ ਫੋਟੋ ਜ਼ਰੂਰ ਦਿਖਾਵਾਂਗੇ ਕਿ ਕੀ ਕੀ ਬੋਲੀ ਜਿਹੜੀ ਹੈ ਜੀਸੀਬੀ ਨੇ ਉਹ ਗੁੱਸੇ ਵਿੱਚ ਆਪਣੀ ਵਰਤੀ ਹੈ ਤੇ ਲੋਕਾਂ ਨੂੰ ਜਵਾਬ ਦਿੱਤਾ ਹੈ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਪੰਜਾਬ ਦੇ ਨਾਲ ਸੰਬੰਧੇ ਤੋਂ ਕਿਉਂਕਿ ਜਦੋਂ ਵੀ ਇਹ ਸਟਾਰ ਜਿਹੜੇ ਨੇ ਕੋਈ ਫਿਲਮ ਨਵੀਂ ਬਣਾਉਂਦੇ ਨੇ ਤਾਂ ਬੜਾ ਕਲੇਮ ਕਰਦੇ ਨੇ ਕਿ ਅਸੀਂ ਤਾਂ ਪੰਜਾਬ ਦੇ ਜਾਏ ਆ ਅਸੀਂ ਪੰਜਾਬ ਨਾਲ ਸਾਡੇ ਜੁੜੇ ਹੋਏ ਆ ਤਾਂ ਜੋ ਉੱਥੋਂ ਦੀ ਲੋਕਾਂ ਨੂੰ ਥੋੜੀ ਹਮਦਰਦੀ ਮਿਲ ਜਾਂਦੀ ਹੈ ਐਂਡ ਬਾਅਦ ਚੋਂ ਦੀ ਟਿਕਟਾਂ ਵਿਕ ਜਾਂਦੀਆਂ ਪਰ ਜਿਹੜੀ ਕਰਤੂਤ ਇਹਨਾਂ ਨੇ ਕੀਤੀ ਕੁਝ ਵੀ ਨਹੀਂ ਬੁੱਲਿਆ ਕਿ ਨਿੱਕੀ ਚੀਜ਼ ਨਹੀਂ ਖੁਸਕੀ ਉਹਨਾਂ ਵੱਲੋਂ ਤੇ ਅੱਜ ਜਦੋਂ ਰਿਹਾਨਾ ਐਡੀ ਵੱਡੀ ਇੰਟਰਨੈਸ਼ਨਲ ਪੌਪ ਸਟਾਰ ਜਿਹਨਾਂ ਤੇ ਇਹ ਵੀ ਕਲੇਮ ਕੀਤਾ ਜਾ ਰਿਹਾ ਕਿ ਸ਼ਾਇਦ ਉਹਨਾਂ ਨੇ ਕੋਈ ਪੈਸੇ ਲਏ ਹੋਣ ਉਹ ਪਤੰਦਰੋ ਦੁਨੀਆ ਦੀ ਸਭ ਤੋਂ ਅਮੀਰ ਜਿਹੜੀ ਆਰਟਿਸਟ ਦੇ ਉਹਨਾਂ ਵਿੱਚੋਂ ਇੱਕ ਹੈ ਉਹਨਾਂ ਨੂੰ ਤੁਹਾਡੇ ਰੁਪਈਆ ਨਾਲ ਕੀ ਪਾ ਸੋ ਉਹਨਾਂ ਉੱਪਰ ਆਹ ਜਿਹੜੇ ਤੋਹਮਤ ਹੈ ਜਿਹੜਾ ਆ ਨਾਮ ਹੈ ਆ ਲਗਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਾਰੇ ਸਟਾਰਾਂ ਨੇ ਉਹਨਾਂ ਦੇ ਫਿਰ ਇੰਗੇਜਡ ਜਿਹੜਾ ਟਵੀਟ ਹੈ ਕੀਤਾ ਹੈ ਐਂਡ ਟਵਿੱਟਰ ਦੀ ਗੇਮ ਦੇ ਵਿੱਚ ਨੋ ਡਾਊਟ ਅਸੀਂ ਜਿੱਤ ਚੁੱਕੇ ਆ ਤੇ ਹਲੇ ਜੰਗ ਜਿਹੜੀ ਹੈ ਉਹ ਖਤਮ ਨਹੀਂ ਹੋਈ ਸ਼ਾਇਦ ਹੋਰ ਵੀ ਜਿਹੜੇ ਟਵੀਟਸ ਨੇ ਉਹ ਆਣੇ ਬਾਕੀ ਨੇ ਕਿਉਂਕਿ ਹੋਰ ਵੀ ਸਾਡੇ ਜਿਹੜੇ ਕਿਸਾਨ ਭਰਾ ਨੇ ਸਾਡੇ ਜਿਹੜੇ ਪੰਜਾਬੀ ਹਰਿਆਣਾ ਦੇ ਜਿਹੜੇ ਸਾਰੇ ਪੂਰੇ ਅੰਦੋਲਨ ਨੂੰ ਸਮਰਥਨ ਕਰਦੇ ਨੇ ਉਹ ਹੋਰ ਆ ਇੰਟਰਨੈਸ਼ਨਲ ਸਟਾਰਸ ਨੂੰ ਵੀ ਟੈਗ ਕਰ ਰਹੇ ਨੇ ਉਹਨਾਂ ਨੂੰ ਕਮੈਂਟ ਕਰ ਰਹੇ ਨੇ ਕਿ ਤੁਸੀਂ ਵੀ ਇਸ ਪੂਰੇ ਜਿਹੜਾ ਅੰਦੋਲਨ ਹੈ ਉਸ ਵਿੱਚ ਆਪਣਾ ਸਹਿਯੋਗ ਜ਼ਰੂਰ ਦਿਓ ਇਸ ਲਈ ਬਕਰ ਸਭ ਟਵਿੱਟਰ ਦੀ ਗੱਲ ਨੂੰ ਅੱਗੇ ਬਤਾਉਂਦੇ ਆ ਕਿ ਭਾਰਤ ਸਰਕਾਰ ਨੇ ਕੀ ਗਿਤਾਉਣਾਂ ਨੂੰ ਪਤਾ ਲੱਗ ਗਿਆ ਕਿ ਟਵਿੱਟਰ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਸਾਡੀ ਸਾਡੀ ਸਾਖ ਹੈ ਇੱਜ਼ਤ ਹੈ ਉਹ ਬਿਲਕੁਲ ਖਰਾਬ ਹੋ ਰਹੀ ਹੈ ਸੋ ਉਹਨਾਂ ਨੇ ਟਵਿੱਟਰ ਨੂੰ ਕਿਹਾ ਕਿ ਕੁਝ 2.5 ਕੋ ਦੇ ਤਕਰੀਬਨ ਜਿਹੜੇ ਅਕਾਊਂਟਸ ਨੇ ਐਂ ਸਾਰਿਆਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਇੱਕ ਹੈਸ਼ਟੈਗ ਸ਼ੁਰੂ ਕੀਤਾ ਜੋ ਕਿ ਉਹਨਾਂ ਦੇ ਅਕੋਰਡਿੰਗ ਇਦਾਂ ਸੀਗਾ ਕਿ ਸ਼ਾਇਦ ਭਾਰਤ ਸਰਕਾਰ ਨੂੰ ਜਾਂ ਮੋਦੀ ਨੂੰ ਦਾ ਨੁਕਸਾਨ ਹੋ ਸਕਦਾ ਹੈ ਉਹ ਸੀਗਾ ਕਿ ਮੋਦੀ ਅੰਗੇਜਡ ਫਾਰਮਰ ਜੈਨੋਸਾਈਡ ਸੋ ਇਸ ਪੂਰੇ ਜਿੰਨੇ ਜਿੰਨੇ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਟਵਿੱਟਰ ਦਾ ਜਿਹੜਾ ਇਹ ਹੈਸ਼ਟੈਗ ਯੂਜ਼ ਕੀਤਾ ਹੈ ਉਹ ਸਾਰੇ ਅਕਾਊਂਟ ਨੂੰ ਬੰਦ ਕਰ ਦਿੱਤਾ ਜਾਵੇ ਟਵਿੱਟਰ ਨੇ ਕੀਤਾ ਵੀ ਪਰ ਜਿਸ ਤੋਂ ਬਾਅਦ ਰਹਿਾਨਾ ਦਾ ਟਵੀਟ ਆ ਜਾਂਦਾ ਹੈ ਜਾਂ ਹੋਰ ਲੋਕੀ ਕਾਫੀ ਬੋਲਦੇ ਨੇ ਜਿਸ ਤੋਂ ਬਾਅਦ ਟਵਿੱਟਰ ਨੇ ਆਪਣਾ ਐਕਸ਼ਨ ਵਾਪਸ ਲੈ ਲਿਆ ਤੇ ਸਾਰਿਆਂ ਦੇ ਜਿਹੜੇ ਅਕਾਊਂਟ ਸੀਗੇ ਜਿਹੜੇ ਸਸਪੈਂਡ ਕਰ ਦਿੱਤੇ ਸੀਗੇ ਉਹਨਾਂ ਨੂੰ ਦੁਬਾਰਾ ਓਪਨ ਕਰ ਦਿੱਤਾ ਕਿਉਂਕਿ ਉੱਥੇ ਉਹਨਾਂ ਨੇ ਕਿਹਾ ਕਿ ਇ ਤੋ ਉੱਥੇ ਟਵਿੱਟਰ ਨੇ ਆਪਣਾ ਵਧੀਆ ਸਟੈਂਡ ਲਿਆ ਅਸੀਂ ਇੱਥੇ ਟਵਿੱਟਰ ਨੂੰ ਹਲਾਸ਼ੀਰੀ ਦਿੰਨੇ ਆ ਵਧਾਈ ਦਿੰਨੇ ਕਿ ਵਾਕਈ ਤੁਸੀਂ ਜਿਹੜਾ ਸਟੈਂਡ ਲਿਆ ਬੜੀ ਚੰਗੀ ਗੱਲ ਏ ਪਰ ਸੇਮ ਟਾਈਮ ਤੇ ਜਿਹੜੀ ਕੇਂਦਰ ਸਰਕਾਰ ਹੈ ਜੋ ਕਿ ਆਪਣੇ ਪਾਵਰ ਦਾ ਮਿਸਯੂਜ਼ ਕਰ ਰਹੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਟਵਿੱਟਰ ਨੂੰ ਧਮਕੀ ਦੇ ਦਿੱਤੀ ਕਿ ਅਸੀਂ ਤੁਹਾਡਾ ਸੋਚ ਲਵਾਂਗੇ ਤੁਸੀਂ ਹਜੇ ਵੀ ਜਿਹੜੇ ਅਕਾਊਂਟ ਸਾਨੂੰ ਦੱਸੇ ਗਏ ਨੇ ਉਹਨਾਂ ਨੂੰ ਬੈਨ ਕਰ ਦੋ ਉਹਨਾਂ ਨੂੰ ਬੰਦ ਕਰ ਦਵੋ ਖੈਰ ਸਾਬ ਕਿਉਂਕਿ ਉਹ ਸਾਰੇ ਜਿਹੜੇ ਅਕਾਊਂਟ ਨੇ ਉਹ ਮੋਦੀ ਸਰਕਾਰ ਉਹ ਕੇਂਦਰ ਸਰਕਾਰ ਦੇ ਖਿਲਾਫ ਬੋਲ ਰਹੇ ਸਨ ਤੇ ਜਿਵੇਂ ਕਿ ਪੋਲਿਟਿਕ ਕੋਈ ਈਡੀ ਕੋਈ ਐਨਆਈਏ ਜਾਂ ਹੋਰ ਅਲੱਗ-ਅਲੱਗ ਫਾਈਲਾਂ ਖੁੱਲ ਜਾਂਦੀਆਂ ਨੇ ਸੋ ਟਵਿੱਟਰ ਨੂੰ ਵੀ ਐਡੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਸਾਡੀ ਗੱਲ ਨਾ ਮੰਨੇ ਤੇ ਤੁਹਾਡਾ ਜੀ ਸੀ ਜਿਹੜਾ ਤੁਹਾਡਾ ਪੂਰਾ ਪਲੇਟਫਾਰਮ ਹੈ ਅਸੀਂ ਉਹਨਾਂ ਨੂੰ ਬੰਦ ਕਰ ਦਾਂਗੇ ਇੰਡੀਆ ਦੇ ਵਿੱਚ ਦੇਖੋ ਚਾਹੇ ਤੁਸੀਂ ਗੱਲ ਕਰ ਲੋ ਬਰਬਰਾ ਰਾਓ ਦੀ ਚਾਹੇ ਮਨਦੀਪ ਪੂਨੀਆ ਦੀ ਕਰ ਲੋ ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਸੀ ਤੇ ਇਹਨਾਂ ਨੂੰ ਜੇਲ੍ਹਾਂ ਤੋਂ ਸਿਵਾਏ ਸ਼ਾਇਦ ਸਰਕਾਰ ਹੋਰ ਕੁਝ ਨਹੀਂ ਦੇ ਸਕੀ ਇੱਕ ਤਰੀਕੇ ਨਾਲ ਮੈਂ ਆ ਜੋ ਅਮਰੀਕਾ ਦੀ ਵੀ ਗੱਲ ਕਰ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਜੋ ਸਾਡੇ ਭਾਰਤ ਦੇ ਵਿੱਚ ਹੋ ਰਿਹਾ ਜੀ ਕਰੋਨਾ ਦੀ ਗੱਲ ਕਰਾਂ ਤੇ ਉੱਥੇ ਵੀ ਜਿਹੜੇ ਲੋਕ ਮਿੱਥੇ ਹੋਏ ਨਹੀਂ ਸੀਗੇ ਜਿਨ੍ਹਾਂ ਨੂੰ ਹਲੇ ਪ੍ਰਾਇੋਰਟੀ ਤੇ ਨਹੀਂ ਸੁਰੱਖਿਆ ਉਹਨਾਂ ਨੇ ਵੀ ਹੁਣ ਪੈਸੇ ਦੇ ਕੇ ਤਾਂਤਲੀ ਕਰਕੇ ਟੀਕੇ ਪਹਿਲਾਂ ਲੈਣੇ ਸ਼ੁਰੂ ਕਰ ਲਿਆ ਜੀ ਐਦਾਂ ਹੀ ਸਾਡੇ ਮੁਲਕ ਦੇ ਵਿੱਚ ਹੁੰਦਾ ਹੈ ਕਿ ਹਰ ਵਾਰੀ ਅਸੀਂ ਕੋਈ ਨਾ ਕੋਈ ਦੂਜਾ ਰਸਤਾ ਲੱਭ ਕੇ ਜਿਹੜੇ ਗਵਰਨਮੈਂਟ ਦੇ ਕਰੀਬੀ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੁਝ ਮਿਲ ਜਾਂਦਾ ਹੂੰ ਇਹ ਦੁਨੀਆ ਦੀ ਸਮੱਸਿਆ ਬਣਦੀ ਜਾ ਰਹੀ ਹੈ ਦੁਨੀਆ ਦਾ ਵੱਡਾ ਲੋਕਤੰਤਰ ਕਹਿ ਲਓ ਜਾਂ ਦੁਨੀਆ ਦਾ ਸਭ ਤੋਂ ਸ਼ ਜਦੋਂ ਦੇ ਇਹ ਲੀਡਰਸ ਜਿਹੜੇ ਚਾਹੇ 트াম্প ਸਾਹਿਬ ਨੇ ਹੁਣ ਮੋਦੀ ਸਾਹਿਬ ਨੇ ਉਹ ਲਗਾਤਾਰ ਇਹ ਸਾਨੂੰ ਕਿਤੇ ਹੋਰ ਧਕੇਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਰਡਲਾਈਨਰ ਬਹੁਤ ਨੇ ਲਗਾਤਾਰ ਸਾਨੂੰ ਇਹ ਲੱਗ ਰਿਹਾ ਕਿ ਸ਼ਾਇਦ ਸਾਡੀ ਜਿਹੜੀ ਆ ਉਹ ਗੱਲ ਅਣ ਸੁਣੀ ਕੀਤੀ ਜਾ ਰਹੀ ਹੈ ਡੈਮੋਕ੍ਰੇਸੀ ਦੇ ਵਿੱਚ ਅਸੀਂ ਗੱਲ ਕਰਦੇ ਆਂ ਡਾਇਲੌਗ ਦੀ ਤੇ ਪਰ ਮੋਦੀ ਸਰਕਾਰ ਜਿਹੜੀ ਆ ਉਹ ਫੇਵਰੇਬਲ ਡਾਇਲੌਗ ਕਰਦੀ ਆ ਔਰ ਫੇਵਰੇਬਲ ਡਾਇਲੌਗ ਦੇ ਵਿੱਚ ਅਸੀਂ ਚਾਹੇ ਉਹ 11 ਗੇਟ ਦੀ ਮੀਟਿੰਗ ਕਰ ਲਈਏ ਚਾਹੇ ਉਹ 12 ਦੀ ਹੋ ਜਾਵੇ ਕੱਲ ਨੂੰ ਚਾਹੇ 15 ਦੀ ਹੋ ਜਾਵੇ ਚਾਹੇ 224 ਤੱਕ ਜੋਤਾ ਕੇਰਾਂ ਦੇ ਟਰਮ ਹੈ ਮੈਨੂੰ ਲੱਗਦਾ ਕਿ ਅਸੀਂ ਫੇਵਰੇਬਲ ਡਾਇਲੌਗ ਤੋਂ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਜੋ ਤੁਸੀਂ ਆਪਣੀ ਪਸੰਦੀ ਦੀ ਗੱਲ ਕਰਦੇ ਆ ਤਾਂ ਫਿਰ ਤੁਹਾਡੇ ਕੋਲੇ ਮੁੱਦੇ ਨਹੀਂ ਹੁੰਦੇ ਤੁਸੀਂ ਅਗਲੇ ਦੀ ਗੱਲ ਨਹੀਂ ਸੁਣਦੇ ਇੱਕ ਤਰੀਕੇ ਦੇ ਨਾਲ ਇਸ ਗਵਰਨਮੈਂਟ ਦਾ ਬਹੁਤ ਵੱਡਾ ਪੈਤੜਾ ਆ ਕਰਸਬਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਕਿ ਜੋ ਕੁਝ ਅਮਰੀਕਾ ਚ ਹੋ ਰਿਹਾ ਉਹੀ ਕੁਝ ਭਾਰਤ ਵਿੱਚ ਹੋ ਰਿਹਾ ਐ ਐਂਡ ਜਿਹੜੀ ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਹੈ ਕਮਲਾ ਹੈਰਿਸ ਉਹਨਾਂ ਦੀ ਭਾਂਜੀ ਜਿਹੜੀ ਹੈ ਮੀਨਾ ਹੈਰਿਸ ਉਹਨਾਂ ਨੇ ਵੀ ਟਵਿੱਟਰ ਉੱਤੇ ਆਪਣੀ ਗੱਲ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਜੋ ਅਮਰੀਕਾ ਅਮਰੀਕਾ ਜੋ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰੀ ਦੇਸ਼ ਹੈ ਉੱਥੇ ਵੀ ਫਾਸੀਵਾਦੀ ਲੋਕਾਂ ਨੇ ਆਪਣੀ ਹਰਕਤਾਂ ਕਰਨੋਂ ਬਾਝ ਨਹੀਂ ਆਏ ਸੀ ਕਿ ਭਾਵੇਂ ਕਿ ਹੁਣ ਪਾਵਰ ਵਿੱਚ ਨਹੀਂ ਨੇ ਪਰ ਉਹਨਾਂ ਦਾ ਨਿਸ਼ਾਨਾ ਸਾਫ਼ 트ੰਪ ਤੇ ਸੀਗਾ ਕਿਉਂਕਿ ਪਿਛਲੇ ਮਹੀਨੇ ਜੋ ਘਟਨਾ ਹੋਈ ਏ ਉਹ ਵਾਕਈ ਇੱਕ ਲੋਕਤੰਤਰ ਦੇਸ਼ ਦੇ ਲਈ ਬੜੀ ਇੱਕ ਮਾੜੀ ਗੱਲ ਹੈ ਜਿਸ ਤੋਂ ਬਾਅਦ ਉਹਨਾਂ ਨੇ ਭਾਰਤ ਨੂੰ ਵੀ ਕੰਪੈਰੀਜ਼ਨ ਕੀਤਾ ਤੇ ਕਿਹਾ ਕਿ ਭਾਰਤ ਵਿੱਚ ਵੀ ਜੋ ਕੁਝ ਹੋ ਰਿਹਾ ਭਾਰਤ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਉੱਥੇ ਵੀ ਉਹੀ ਕੁਝ ਹੋ ਰਿਹਾ ਜੋ ਕਿ ਅਮਰੀਕਾ ਵਿੱਚ ਪਿਛਲੇ ਮਹੀਨੇ ਹੋਇਆ ਸੋ ਉਹਨਾਂ ਨੇ ਆਪਣੀ ਦੋਵੇਂ ਗੱਲਾਂ ਨੂੰ ਐਗਜ਼ਾਮਪਲ ਦਿੰਦੇ ਹੋਏ ਦੇ ਹੋਏ ਦੱਸਿਆ ਕਿ ਦੋਨੋ ਜਿਹੜੇ ਦੇਸ਼ ਨੇ ਲੋਕਤੰਤਰਿਕ ਇਤਿਹਾਸ ਦੇ ਲਈ ਲੋਕਤੰਤਰਿਕ ਇੱਕ ਡੈਫੀਨੇਸ਼ਨ ਦੇ ਲਈ ਇੱਕ ਬੜੀ ਮਹੱਤਵ ਕਰਦੇ ਨੇ ਐਂਡ ਐਨਾ ਦੇਸ਼ਾਂ ਦੇ ਵਿੱਚ ਆ ਚੀਜ਼ ਹੋਣੀ ਇੱਕ ਆਪਣੇ ਆਪ ਚ ਬੜੀ ਮੰਦਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਫਾਸ਼ੀਵਾਦ ਜਿਹੜੇ ਲੋਕ ਨੇ ਉਹ ਪਹਿਲਾਂ ਵੀ ਸੀ ਹੁਣ ਵੀ ਨੇ ਤੇ ਸ਼ਾਇਦ ਅਗਲੇ ਸਮੇਂ ਚ ਵੀ ਹੋਣਗੇ ਪਰ ਐਨਾ ਲੋਕਾਂ ਦੇ ਖਿਲਾਫ ਸਾਨੂੰ ਆਵਾਜ਼ ਚੁਕਣੀ ਪੈਗੀ ਸਾਨੂੰ ਯੂਨਿਟੀ ਦਿਖਾਣੀ ਪਵੇਗੀ ਤਾਂ ਵੀ ਐਨਾ ਲੋਕਾਂ ਨੂੰ ਪਤਾ ਚੱਲੇਗਾ ਕਿ ਅਸੀਂ ਵੀ ਹੈਗੇ ਆਂ ਐਂਡ ਡੈਮੋਕ੍ਰੇਸੀ ਸੱਚੀ ਮੁੱੱਚੀ ਸਿਰਫ ਲੋਕਾਂ ਦੀ ਹੀ ਹੁੰਦੀ ਹੈ ਲੋਕਾਂ ਦੇ ਕੋਲ ਹੀ ਪਾਵਰ ਹੁੰਦੀ ਹੈ ਸੋ ਮੀਨਾ ਹੈਰਿਸ ਨੇ ਵੀ ਜਿਹ ਜਿਵੇਂ ਬਾਰ-ਬਾਰ ਮੈਂ ਕਹਿ ਰਿਹਾ ਕਿ ਜਿਹੜੀ ਲੜਾਈ ਜਿਹੜੀ ਹੈ ਜਿਹੜੀ ਲੜਾਈ ਜਿਹੜੀ ਹੈ ਉਹ ਸਿਰਫ ਸਿਰਫ ਸਿੰਗੂ ਬਾਰਡਰ ਟਿਕਰੀ ਬਾਰਡਰ ਗਾਜ਼ੀਪੁਰ ਬਾਰਡਰ ਉੱਤੇ ਨਹੀਂ ਲੜੀ ਜਾ ਰਹੀ ਸਗੋਂ ਟਵਿੱਟਰ ਦੇ ਉੱਪਰ ਇੰਟਰਨੈਸ਼ਨਲੀ ਜਿਹੜੀ ਲੜਾਈ ਹੈ ਉਹ ਜਾਰੀ ਹੈ ਮੋਹ ਜੀ ਮਨਨ ਅੱਲਾ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਜੇ ਤੁਹਾਡਾ ਟਵਿੱਟਰ ਅਕਾਊਂਟ ਹੈ ਨਹੀਂ ਆ ਤੇ ਫਿਰ ਸ਼ੀਰਾ ਹੱਲਾ ਮਾਰ ਕੇ ਹੁਣ ਇੱਕ ਟਵਿੱਟਰ ਅਕਾਊਂਟ ਜ਼ਰੂਰ ਬਣਾਉਣਾ ਹੈ ਜੀ ਪਰ ਉਹ ਟਵਿੱਟਰ ਅਕਾਊਂਟ ਤੋਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜਨਾ ਹੈ ਜੇ ਤੁਸੀਂ ਖੜਨਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹਾਂ ਉਹ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ 'ਚ ਨਹੀਂ ਹੈਗੇ ਜਾਂ ਤੁਹਾਡੀਆਂ ਜਿਹੜੀਆਂ ਰੁਚੀਆਂ ਨੇ ਉਹ ਉਦਾਂ ਦੇ ਨਹੀਂਗੇ ਕਿ ਤੁਸੀਂ ਜਾ ਸਕੇ ਸੋ ਇਸ ਲਈ ਤੁਹਾਡਾ ਇੱਕ ਪਲੈਟਫਾਰਮ ਜਿਹੜਾ ਹੈ ਟਵਿੱਟਰ ਸਭ ਤੋਂ ਵੱਡਾ ਪਲੈਟਫਾਰਮ ਹੈ ਤੁਸੀਂ ਉੱਥੇ ਜਾ ਸਕਦੇ ਹੋ ਜੀ ਦੋਸਤੋ ਆ ਤੇ ਆਪਾਂ ਗੱਲ ਕੀਤੀ ਕਿ ਇੰਟਰਨੈਸ਼ਨਲੀ ਜਿਹੜੇ ਵੱਡੇ ਵੱਡੇ ਸਟਾਰਸ ਨੇ ਜਦੋਂ ਉਹਨਾਂ ਨੇ ਹਮਾਇਤ ਕੀਤੀ ਤੇ ਕੀ ਪੂਰੀ ਭਾਰਤ ਸਰਕਾਰ ਜਿਹੜੀ ਹੈ ਉਹ ਹਿੱਲ ਗਈ ਜਿਹੜੇ ਰਾਈਟ ਵਿੰਗ ਵਾਲੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਹੋ ਗਈ ਕਾਫੀ ਉਹਨਾਂ ਨੂੰ ਇਸ਼ੂਸ ਕ੍ਰੀਏਟ ਕਰਤੇ ਉਹਨਾਂ ਨੇ ਪਰ ਉਸ ਤੋਂ ਬਾਅਦ ਅਸੀਂ ਗੱਲ ਕਰੀ ਯੂਕੇ ਦੀ ਕਿਉਂਕਿ ਯੂਕੇ ਵੀ ਇੱਕ ਬੜਾ ਵੱਡਾ ਦੇਸ਼ ਹੈ ਉੱਥੋਂ ਦੇ ਲੋਕਾਂ ਨੇ ਵੀ ਆਨਲਾਈਨ ਆਪਾਂ ਕਹੀਏ ਕਿ ਇੱਕ ਪਟੀਸ਼ਨ ਇੱਕ ਸਾਈਨ ਕੀਤੀ ਜਿਸ ਵਿੱਚ 1 ਲੱਖ ਤੋਂ ਵੱਧ ਸਾਈਨ ਹੋ ਗਏ ਹਨ ਉੱਥੋਂ ਤੱਕ ਰੂਹ ਲੈ ਕੇ ਅਗਰ 1 ਲੱਖ ਤੋਂ ਵੱਧ ਅਗਰ ਪਟੀਸ਼ਨਰ ਜਿਹੜੇ ਆਮ ਲੋਕ ਨੇ ਅਗਰ ਦਸਤਕਤ ਕਰ ਦਿੰਦੇ ਨੇ ਤਾਂ ਸੰਸਦ ਵਿੱਚ ਉਸ ਉੱਪਰ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ ਸੋ 1 ਲੱਖ ਕੀ 1.5 ਲੱਖ ਤੋਂ ਵੱਧ ਸਾਈਨ ਜਿਹੜੇ ਨੇ ਉੱਥੇ ਹੋ ਚੁੱਕੇ ਨੇ ਸੋ ਹੁਣ ਉਮੀਦ ਹੈ ਕਿ ਇਹ ਤੇ ਜਾਰੀ ਕਿ ਸੰਸਦ ਦਾ ਜਿਹੜਾ ਵੀ ਨੈਕਸਟ ਸੈਸ਼ਨ ਜਾਂ ਜਿਹੜੀ ਵੀ ਨੈਕਸਟ ਬੈਠਕ ਜਦੋਂ ਹੋਏਗੀ ਉਹਦੇ ਵਿੱਚ ਇਸ ਬਾਰੇ ਗੱਲਬਾਤ ਜ਼ਰੂਰ ਹੋਵੇਗੀ ਤੇ ਭਾਰਤ ਸਰਕਾਰ ਦੇ ਉੱਪਰ ਇੰਟਰਨੈਸ਼ਨਲ ਪ੍ਰੈਸ਼ਰ ਜੋ ਕਿ ਪਹਿਲਾਂ ਵੀ ਪਾਉਣ ਦੀ ਕੋਸ਼ਿਸ਼ ਦੂਰ ਪਾਇਆ ਜਾਵੇਗਾ ਤੇ ਪਰ ਸਰਕਾਰ ਨੂੰ ਉਸ ਨੂੰ ਜਿਹੜਾ ਡਿਸੀਜਨ ਹੈ ਜਲਦੀ ਲੈਣ ਤੋਂ ਮਜਬੂਰ ਕੀਤਾ ਜਾਵੇਗਾ ਅੱਗੇ ਵੀ ਜਿਹੜੇ 100 ਸੰਸਦਾਂ ਦੇ ਉੱਤੇ ਸਾਈਨ ਕਰਾਇਆ ਸੀ ਹਾਊਸ ਆਫ ਕਾਮਨ ਦੇ ਜਿਹੜੇ 100 ਸੰਸਦ ਸੀਗੇ ਉਹਨਾਂ ਦੇ ਸਾਈਨ ਕਰਾ ਕੇ ਤਰਮਨਜੀਤ ਸਿੰਘ ਢੀਸੀ ਹੁਣਾਂ ਨੇ ਦਿੱਤੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਬੌਰੀਸ ਡਾਂਸਨ ਜਿਹੜੇ ਨੇ ਉਹ ਆਪਣੇ ਹਮ ਰਤਬਾ ਇਹਦਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਨਾਲ ਗੱਲਬਾਤ ਕਰਨ। ਜੀ। ਇਸੇ ਤਰ੍ਹਾਂ ਉਹਨਾਂ ਨੇ ਆਪਣੇ ਐਕਸਟਰਨਲ ਫੇਅਰ ਮਿਨਿਸਟਰ ਨਾਲ ਵੀ ਗੱਲ ਕੀਤੀ ਵੀ ਬਈ ਤੁਸੀਂ ਵੀ ਜਾ ਕੇ ਰਵੀ ਸ਼ੰਕਰ ਪ੍ਰਸਾਦ ਨਾਲ ਗੱਲ ਕਰ ਲਓ ਕਿਉਂਕਿ ਇਹ ਬਹੁਤ ਜ਼ਰੂਰੀ ਮੁੱਦਾ ਹੈ। ਜੀ। ਪਰ ਮੈਂ ਅੱਜ ਅਖਬਾਰ ਦੇ ਵਿੱਚ ਇੱਕ ਸਟੇਟਮੈਂਟ ਇੱਕ ਖਬਰ ਪੜ੍ਹਦਾ ਸੀ ਤੇ ਉਹਦੇ ਵਿੱਚ ਭਾਜਪਾ ਦੇ ਇੱਕ ਨੇਤਾ ਨੇ ਲਿਖਿਆ ਕਿ ਨਹੀਂ ਤੁਸੀਂ ਦੇਖ ਲਓ ਯੂਕੇ ਆ ਅਮਰੀਕਾ ਆ ਕੈਨੇਡਾ ਆ ਇਹਨਾਂ ਤਿੰਨਾਂ ਮੁਲਕਾਂ ਤੋਂ ਬਾਅਦ ਔਰ ਕੋਈ ਜਿਹੜਾ ਹੈ ਇਸ ਮੁੱਦੇ ਬਾਰੇ ਗੱਲ ਨਹੀਂ ਕਰ ਰਿਹਾ ਔਰ ਇਸ ਮੁੱਦੇ ਦਾ ਹਮਾਇਤੀ ਨਹੀਂ ਹੈ ਇਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਇਹ ਤਿੰਨ ਮੁਲਕ ਜਿਹੜੇ ਨੇ ਇਹ ਬਹੁਤ ਵੱਡੇ ਮੁਲਕ ਨੇ ਔਰ ਜਦੋਂ ਇਹ ਤਿੰਨ ਮੁਲਕਾਂ ਦੀ ਗੱਲ ਹੋ ਰਹੀ ਹੈ ਤੇ ਲੱਗਦਾ ਹੈ ਕਿ ਛੋਟੇ-ਮੋਟੇ ਵੱਡੇ ਮੁਲਕ ਜਿਹੜੇ ਨੇ ਉਹ ਵੀ ਇਹਨਾਂ ਬਾਰੇ ਗੱਲ ਕਰਨਗੇ ਸ਼ਾਇਦ ਇਹ ਪਾਕਿਸਤਾਨ ਭੁੱਲ ਗਏ ਨੇ ਕਿਉਂਕਿ ਪਾਕਿਸਤਾਨ ਦੇ ਚਾਹੇ ਉਹਨਾਂ ਦੀ ਆਫੀਸ਼ਲ ਸਟੇਟਮੈਂਟ ਨਹੀਂ ਆ ਰਹੀ ਪਰ ਉਹਨਾਂ ਦਾ ਹਰ ਆਰਟਿਸਟ ਹਰ ਇੱਕ ਤਰੀਕੇ ਨਾਲ ਉਹਨਾਂ ਦਾ ਹਰ ਜਿਹੜਾ ਕਲਾਕਾਰ ਹੈ ਉਹ ਪੰਜਾਬ ਦੀ ਹਮਾਇਤ ਕਰ ਰਿਹਾ ਹਰ ਜਰਨਲਿਸਟ ਉਹਨਾਂ ਦੀ ਪੰਜਾਬ ਦੀ ਹਮਾਇਤ ਕਰ ਰ ਇਸ ਤੋਂ ਇਲਾਵਾ ਜੇਕਰ ਅਖੀਰ ਸਭ ਹੁਣ ਗੱਲ ਕਰੀਏ ਪੂਰੀ ਕਿਸਾਨੀ ਅੰਦੋਲਨ ਦੀ ਤਾਂ ਜਿਵੇਂ ਕਿ ਰਕੇਸ਼ ਟਕੈਤ ਦੇ ਅਥਰੂਆਂ ਤੋਂ ਬਾਅਦ ਇੱਕ ਪੂਰਾ ਜਨਸਲਾਬ ਆ ਗਿਆ ਸੀਗਾ ਕਾਫੀ سارے ਲੋਕ ਜਿਹੜੇ ਨੇ ਉੱਥੇ ਮੌਜੂਦ ਹੋਣਾ ਸ਼ੁਰੂ ਹੋ ਗਏ ਸੀ ਖਾ ਪੰਚਾਇਤ ਜੋ ਕਿ ਹਰ ਰੋਜ਼ ਲੱਗ ਰਹੀ ਹੈ ਜੀਨ ਦੇ ਵਿੱਚ ਕੱਲ ਬੜੀ ਵੱਡੀ ਜਿਹੜੀ ਖਾ ਪੰਚਾਇਤ ਖਰਸਬ ਲੱਗੀ ਕਾਫੀ سارے ਲੋਕ ਜਿਹੜੇ ਨੇ ਉੱਥੇ ਮੌਜੂਦ ਹੋਏ ਐਂਡ ਉਥੇ ਸਭ ਤੋਂ ਖਾਸ ਗੱਲ ਆ ਸੀਗੀ ਕਿ ਜਦੋਂ ਕਿਸਾਨਾਂ ਦੇ ਨਾਲ ਜਦੋਂ ਇੰਟਰਵਿਊ ਕਰ ਰਹੇ ਸੀ ਕਿ ਜਰਨਲਿਸਟ ਤਾਂ ਉਹਨਾਂ ਨੇ ਕਿਹਾ ਕਿ ਨੋ ਡਾਊਟ ਸਾਨੂੰ ਜਿਹੜੀ ਪੋਲਿਟਿਕਸ ਹੈ ਉਹਨਾਂ ਨੇ ਧ ਸੋ ਪੂਰੇ ਪਲੇਟਫਾਰਮ ਨੇ ਸਾਨੂੰ ਦੁਬਾਰਾ ਤੋਂ ਇੱਕ ਵਾਰ ਫੇਰ ਇੱਕੋ ਜਗ੍ਹਾ ਤੇ ਖੜਾ ਕਰ ਦਿੱਤਾ ਹੁਣ ਸਾਨੂੰ ਕੋਈ ਮਤਲਬ ਨਹੀਂ ਕਿ ਸਾਡੇ ਜਿਹੜੇ ਨਾਲ ਦਾ ਭਾਈ ਏ ਉਹ Hindu ਏ Muslim ਏ Sikh ਏ ਕਿ ਸਾਈ ਏ ਕਹਿੰਦਾ ਮੇਰੇ ਭਾਈ ਏ ਸੋ ਕਹਿੰਦੇ ਇਸ ਅੰਦੋਲਨ ਦੇ ਜ਼ਰੀਏ ਇੱਕ ਵਾਰ ਫੇਰ ਦੁਬਾਰਾ ਜਿਵੇਂ ਕਿ ਅਸੀਂ ਪੰਜਾਬ ਤੋਂ ਬੜੇ ਖੁਸ਼ ਹੋ ਰਹੇ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਦੁਬਾਰਾ ਮੁੜ ਖੜੇ ਹੋ ਚੁੱਕੇ ਨੇ ਸੁਰਜੀਤ ਹੋ ਚੁੱਕੇ ਨੇ ਸੋ ਐਵੇਂ ਹਰਿਆਣਾ ਵਾਲੇ ਲੋਕ ਵੀ ਸੇਮ ਫੀਲਿੰਗ ਲੈ ਰਹੇ ਨੇ ਚੰਗੀ ਗੱਲ ਏ ਕਿ ਪੂਰਾ ਭਾਰਤ ਇੱਕ ਵਾਰ ਫੇਰ ਆਪਣੇ ਪੈਰਾਂ ਤੇ ਖੜਾ ਹੋਣਾ ਸ਼ੁਰੂ ਹੋ ਗਿਆ ਸੋ ਇਸ ਖਾਪ ਦੇ ਵਿੱਚ ਜਿਹੜੇ ਸਾਰੇ ਲੋਕ ਇਕੱਠੇ ਜਲ ਤੋਂ ਜਲ ਆਪਣਾ ਡਿਸੀਜਨ ਚੇਂਜ ਕਰੋ ਤੇ ਇਹਨਾਂ ਤਿੰਨੋਂ ਖੇਤੀਬਾੜੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਓ ਤੇ ਗਾਜ਼ੀਪੁਰ ਜਿਹੜੀ ਘਟਨਾ ਮੈਂ ਗੱਲ ਕੀਤੀ ਹੈ ਖੈਰ ਸਾਹਿਬ ਕਿ ਉੱਥੇ ਉਹਨਾਂ ਦੇ ਅਥਰੂ ਤੋਂ ਬਾਅਦ ਰਕੇਸ਼ ਗੈਤਨ ਕਹਿੰਦਾ ਕਿ ਕੋਈ ਵੀ ਜੇ ਕੋ ਪੋਲਿਟਿਕਲ ਬੰਦਾ ਹੈ ਆਗੂ ਹੈ ਉਹ ਉੱਥੇ ਆਉਣਾ ਚਾਹੁੰਦਾ ਹੈ ਉੱਥੇ ਆ ਸਕਦਾ ਹੈ ਆਪਣਾ ਪੱਖ ਰਖਣਾ ਚਾਹੁੰਦਾ ਆਪਣਾ ਸਪੋਰਟ ਰਖਣਾ ਚਾਹੁੰਦਾ ਹੈ ਉੱਥੇ ਆ ਸਕਦਾ ਹੈ ਜਿਸ ਤੋਂ ਬਾਅਦ ਅੱਜ ਵਿਰੋਧੀ ਧਿਰ ਦੇ ਕਾਫੀ ਸਾਰੇ ਜਿਹੜੇ ਮਨਿਸਟਰ ਨੇ ਉੱਥੇ ਪਹੁੰਚੇ ਐਨਸੀਪੀ ਦੀ ਸੁਪਰੀਆ ਸੂਲੇ ਉੱਥੇ ਅੱਜ ਪਹੁੰਚੀ ਹੈ ਐਂਡ ਆਪਣੇ ਸ਼ ਕਿ ਉੱਥੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਅੰਦਰ ਜਾਣ ਦੀ ਪੁਲਿਸ ਨੇ ਉੱਥੇ ਉਹਨਾਂ ਨੂੰ ਮਨਾਂ ਕਰ ਦਿੱਤਾ ਐਂd ਜਿਸ ਤੋਂ ਬਾਅਦ ਹਰਸਿਮਰਤ ਕੋਰ ਬਾਦਲ ਹੁਣੀ ਕਹਿੰਦੇ ਨੇ ਕਿ ਭਈ ਅੱਜ ਤਾ ਲੋਕਤੰਤਰ ਦੇ ਲਈ ਕਾਲਾ ਦਿਨ ਐ ਸੋ ਉਹਨਾਂ ਨੇ ਆਹ ਸਟੇਟਮੈਂਟ ਦਿੱਤੀ ਐ 72 ਦਿਨਾਂ ਤੋਂ ਬਾਅਦ ਤੁਸੀਂ ਕਿਤੇ ਕਿਤੇ ਆਪਣੇ ਪ੍ਰੈਜ਼ੈਂਸ ਦਿਖਾਉਂਦੇ ਹੋ ਕਿ ਤੁਸੀਂ ਵੀ ਹੈ ਤੁਹਾਡੇ ਕੋਲ ਵੀ ਕੋਈ ਪਾਵਰ ਹੈ ਤੁਹਾਨੂੰ ਲੋਕੀ ਜਾਣਦੇ ਨੇ ਤੁਸੀਂ ਇੱਕ ਹਮਾਇਤੀ ਰਹੋ ਲੋਕਾਂ ਦੇ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਤੇ 72 ਦਿਨਾਂ ਦੇ ਬਾਅਦ ਖੈਰਾ ਸਾਹਿਬ ਐਨਾਂ ਨੂੰ ਜਾਗ ਆਉਂਦੀ ਐ ਸੋ ਕੀ ਕਹਿੰਦੇ ਹੋ ਦੇਖੋ ਪਹਿਲਾਂ ਤਾਂ ਮੈਂ ਇੱਕ ਚੰਗੀ ਗੱਲ ਕਹਿਣਾ ਕਿ ਜੇ 100 ਦਿਨਾਂ ਬਾਅਦ ਵੀ ਕੋਈ ਭੁੱਲਿਆ ਤੁਹਾਡੇ ਘਰ ਆ ਜਾਵੇ ਤੇ ਪੰਜਾਬ ਦੀ ਇਹ ਇੱਕ ਬਾਤ ਹੁੰਦੀ ਹੈ ਹਿਸਟਰੀ ਹੈ ਕਿ ਅਸੀਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਨਹੀਂ ਜੀ ਚੱਲ ਆ ਜਾ ਸਾਡੇ ਨਾਲ ਰਲ ਜਾ ਪਰ ਜਦੋਂ ਮੈਂ ਵਿਰੋਧੀ ਧਿਰਾਂ ਪੋਲਿਟੀਕਲ ਪਾਰਟੀਆਂ ਦੀ ਗੱਲ ਕਰਦਾ ਤੇ ਅਜਿਹਾ ਸੱਪ ਹੈ ਜਿਹੜਾ ਕਦੇ ਵੀ ਡੰਗ ਮਾਰ ਦਿੰਦਾ ਇਹਨਾਂ ਦੇ ਉੱਤੇ ਯਕੀਨ ਕਰਨਾ ਬਹੁਤ ਔਖਾ ਹੈ ਸੋ ਮੈਨੂੰ ਲੱਗਦਾ ਕਿ ਮੈਂ ਆਲਨ ਆਲ ਜੇ ਕੁਝ ਨਾ ਹੀ ਕਮਾ ਤੇ ਚੰਗਾ ਹੈ ਕਿਉਂਕਿ ਪਤਾ ਨਹੀਂ ਇਹਨਾਂ ਦੇ ਭੇਸ਼ ਤੇ ਇਹਨਾਂ ਦੇ ਰੰਗ ਐਦਾਂ ਬਦਲਦੇ ਨੇ ਜਿਵੇਂ ਸਾਡੇ ਇੱਥੇ ਜਦੋਂ ਹੁੰਦਾ ਨਾ ਕਿ ਕੋੜ ਕਿਰਲਾ ਆਪਣੇ ਰੰਗ ਬਦਲਦਾ ਸ਼ੁਰੂ ਕਰ ਦਿੰਦਾ ਤੋਂ ਬੱਚਾ ਵੱਖਰਾ ਹੁੰਦਾ ਸਰਿਆਲਾਂ ਚ ਵੱਖਰਾ ਹੁੰਦਾ ਕਿਸੇ ਹੋਰ ਮੌਸਮ ਬਸੰਤ ਰੁੱਤ ਤੇ ਵੱਖਰਾ ਰੰਗ ਹੁੰਦਾ ਇਹਨਾਂ ਦੇ ਰੰਗ ਕੁਝ ਐਦਾਂ ਦੇ ਨੇ ਕਿਉਂਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਬਹੁਤ ਰੱਜ ਕੇ ਸਪੋਰਟ ਕੀਤੀ ਫਿਰ ਉਸ ਤੋਂ ਬਾਅਦ ਚੁੱਪ ਰਹੇ ਫਿਰ ਜਦੋਂ ਕਿਸਾਨ ਉਮੜ ਗਏ ਉੱਠ ਗਏ ਵੱਡੇ ਖੜੇ ਹੋ ਗਏ ਤਾਂ ਫਿਰ ਇਹਨਾਂ ਨੂੰ ਲੱਗਿਆ ਕਿ ਨਹੀਂ ਹੁਣ ਅਸੀਂ ਆਪਣੀ ਵਿਚਾਰਤ ਵਾਰਦੇ ਆਂ ਫਿਰ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਆਉਣਾ ਇੱਕ ਤਰੀਕੇ ਦੇ ਨਾਲ ਮੈਨੂੰ ਨਹੀਂ ਸਮਝ ਆਉਂਦਾ ਕਿ ਇਹ ਕੀ ਚਾਹੁੰਦੇ ਨੇ ਪਰ ਜਦੋਂ ਫਿਰ ਇਹ ਆ ਕਿ ਜੇ ਨਰੋਲ ਸਪੋਰਟ ਹੈ ਤਾਂ ਫਿਰ ਚਲੋ ਇਹਦਾ ਸਵਾਗਤ ਕਰਨਾ ਚਾਹੀਦਾ ਜਿਵੇਂ ਰਕੇਸ਼ ਟਕੈਟ ਨੇ ਕਿਹਾ ਇਹ ਸਾਰੇ ਪ੍ਰੋਟੈਸਟ ਦੇ ਵਿੱਚ ਹੁਣ ਜਿਹੜੀਆਂ ਰਕੇਸ਼ ਟਕੈਟ ਦੀਆਂ ਤਕਰੀਰਾਂ ਹੋ ਰਹੀਆਂ ਨੇ ਚਾਹੇ ਕੰਡੇਲਾ ਦੇ ਵਿੱਚ ਕੱਲ ਮਹਾਪੰਚਾਇਤ ਸੀਗੀ ਤੇ ਉੱਥੇ ਜੋ ਉਹਨਾਂ ਨੇ ਗੱਲਬਾਤ ਕਹੀ ਹੈ ਉਹ ਮੈਨੂੰ ਲੱਗਦਾ ਹੈ ਕਿ ਉਹ ਬੰਦਾ ਸਟਾਰ ਹੈ ਉਹ ਤਾਂ ਸ਼ਾਈਨ ਕਰ ਰਿਹਾ ਜਦੋਂ ਕਹਿੰਦੇ ਹੁੰਦੇ ਨਾ ਕਿ ਚੱਲਦੀ جنگ ਹੈ ਤੇ ਚੱਲਦੀ جنگ ਦੇ ਵਿੱਚ ਨਾ ਤ ਹਥਿਆਰ ਤੇ ਨਾ ਹੀ ਸ ਪਈ ਜਿਹੜੀ ਮੌਤਵਾਰੀ ਕੀਤੀ ਸੀਗੀ ਉਹ ਪੰਜਾਬ ਨੇ ਕੀਤੀ ਸੀ ਤੇ ਪੰਜਾਬ ਵਾਲੇ ਸਾਡੇ ਵੱਡੇ ਭਾਈ ਆ ਉਹਨਾਂ ਨੇ ਬਲਬੀਰ ਰਾਜੇਵਾਲ ਦੀ ਗੱਲ ਕੀਤੀ ਕਿ ਬਲਬੀਰ ਰਾਜੇਵਾਲ ਇੱਕ ਸੂਬੇਦਾਰ ਹੈ ਉਹੀ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਗੋਸਮਤ ਦੇਣਗੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਔਰ ਪਹਿਲਾਂ ਵੀ ਇੱਕ ਇਹਨਾਂ ਦੀ ਸਟੇਟਮੈਂਟ ਆਉਂਦੀ ਆ ਜਦੋਂ ਗਾਜੀਪੁਰ ਦੇ ਕੋਲ ਸੀਗੇ ਸਾਨੂੰ ਪਤਾ ਸੀਗਾ ਕਿ ਉੱਤਰਾਖੰਡ ਤੋਂ ਬਹੁਤ ਸਾਡੇ ਸਰਦਾਰ ਭਾਈ ਜਿਹੜੇ ਸੀਗੇ ਉਹ ਖੜੇ ਸੀ ਉਹ ਕਹਿੰਦਾ ਜੀ ਮੈਂ ਕਹਿਣਾ ਆ ਕਿ ਇਹਨਾਂ ਨੂੰ ਜੇ ਕੁਝ ਕਹਿਣਾ ਆ ਤਾਂ ਪਹਿਲਾਂ ਮੈਨੂੰ ਕਹ ਮੈਂ ਇਹਨਾਂ ਦੇ ਨਾਲ ਖੜਾ ਆ ਇਹਨਾਂ ਦੇ ਮੂਹਰੇ ਖੜਾ ਆ ਤੋ ਇੱਕ ਤਰੀਕੇ ਨਾਲ ਪਹਿਲਾਂ ਉਹ ਸਾਡੇ ਭਾਈਚਾਰੇ ਦੀ ਇਹਨਾਂ ਨੇ ਗੱਲ ਜਿੱਤ ਲਈ ਫਿਰ ਦੂਸਰੇ ਬੰਨੇ ਤੀਸਰੀ ਗੱਲ ਕੀਤੀ ਸੀ ਇਹਨਾਂ ਨੇ ਕਿ ਜੇ ਅਸੀਂ ਦਰਬਾਰ ਸਾਹਿਬ ਵੱਲ ਜਿਹੜੇ ਆ ਤੁਸੀਂ ਕੱਲ ਆਪੇ ਆਪਾਂ ਗੱਲ ਕੀਤੀ ਐ ਕਿ 40 ਲੱਖ ਟਰੈਕਟਰ ਦੀ ਗੱਲ ਕੀਤੀ ਐ ਕਿ ਦਰਬਾਰ ਸਾਹਿਬ ਵੱਲ ਚੱਲਣਗੇ ਉਹ ਭਾਵੇਂ ਸਾਡਾ ਸ਼ਕਤੀ ਪ੍ਰਗਟਾ ਹੋਵੇ ਭਾਵੇਂ ਸਾਨੂੰ ਨਹੀਂ ਪਤਾ ਕਿ ਸਾਡੀ ਜਿੱਤ ਦੀ ਜੜੀ ਰੈਲੀ ਹੋਊਗੀ ਪਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਾਂਗੇ ਸੋ ਇਹ ਜਿਹੜੀਆਂ ਦੀਆਂ ਸਟੇਟਮੈਂਟਸ ਜਦੋਂ ਆਉਣੀਆਂ ਨੇ ਨਾ ਤੇ ਇੱਕ ਤਰੀਕੇ ਦੇ ਨਾਲ ਬਹੁਤ ਵੱਡੀਆਂ ਸਟੇਟਮੈਂਟਸ ਨੇ ਚੰਗੀਆਂ ਸਟੇਟਮੈਂਟ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਸਟੇਟਮੈਂਟ ਅੱਜ ਤੱਕ ਅਸੀਂ ਇੱਕ ਮੰਗ ਕਰ ਰਹੇ ਹਾਂ ਕਾਨੂੰਨ ਰੱਦ ਕਰਨ ਦੀ ਕੱਲ ਨੂੰ ਇਹ ਨਾ ਮੰਗ ਅਸੀਂ ਕਰ ਬੈਠੀਏ ਕਿ ਤੁਹਾਡਾ ਜਿਹੜਾ ਪੀ ਹੈ ਮੈਂ ਉਹਦੀ ਕੁਰਸੀ ਜਿਹੜੀ ਹੈ ਉਹਨੂੰ ਹਟਾ ਦਿਓ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀਆਂ ਸਟੇਟਮੈਂਟਸ ਨੇ ਜੋਸ਼ ਵਾਲੀਆਂ ਸਟੇਟਮੈਂਟਸ ਨੇ ਜਿਵੇਂ ਸਾਡੇ ਇੱਥੇ ਢਾਡੀ ਵਾਰਾਂ ਗਾ ਕੇ ਅਸੀਂ ਜੋਸ਼ ਭਰਦੇ ਸੀਗੇ ਜਦੋਂ ਸਾਡੇ ਗੁਰੂ ਸਬਾਨ ਹੁੰਦੇ ਸੀਗੇ ਹੁਣ ਲੱਗਦਾ ਹੈ ਕਿ ਇਹ ਵੀ ਉਸ ਤਰੀਕੇ ਨਾਲ ਜੋਸ਼ ਖੋਕਣ ਦਾ ਕੰਮ ਹੋ ਰਿਹਾ ਹੈ ਜਿਵੇਂ ਰਕੇਸ਼ ਤਕੈਤ ਤਕਰੀਰਾਂ ਕਰ ਰਹੇ ਨੇ ਮਹਾਪੰਚਾਇਤਾਂ ਹੋ ਰਹੀਆਂ ਨੇ ਕੁੰਡੇਲਾ ਦੇ ਉੱਤੋਂ ਏਡੀਆਂ ਸਟੇਜ ਤੋਂ ਗੱਲਾਂ ਹੋ ਰਹੀਆਂ ਨੇ ਇੱਕ ਸੋਹਣੀ ਗੱਲ ਹੋਰ ਵੀ ਕਾਲੋ ਤੇ ਮਹਾਮਾਜ ਦਾ ਐਡਾ ਵੱਡਾ ਰਾਜ ਸੀਗਾ ਉਹ ਜਦੋਂ ਰਿਕੈਸਟਰ ਘਰ ਥਲੇ ਨਹੀਂ ਪਹੁੰਚਿਆ ਸੀਗਾ ਤਾਂ ਉਹ ਸਟੇਜ ਦੇ ਉੱਤੇ ਐਡੇ ਲੋਕੀ ਬੈ ਗਏ ਕਿ ਉਹ ਸਟੇਜ ਟੁੱਟ ਗਈ ਜੀ ਜੀ ਤੇ ਉਹਨਾਂ ਨੇ ਪਹਿਲਾਂ ਆਉਂਦੇ ਕਿਹਾ ਕਿ ਕਹਿੰਦੇ ਜੀ ਭਾਗਾ ਵਾਲਿਆਂ ਦੀਆਂ ਸਟੇਜਾਂ ਟੁੱਟਦੀਆਂ ਨੇ ਨਹੀਂ ਤਾਂ ਫਿਰ ਤੁਹਾਨੂੰ ਸਟੇਜ ਦੇ ਉੱਤੇ ਦੁੱਕਾ ਤਿੱਕਾ ਬੰਦਾ ਹੀ ਖੜੇ ਰੱਖਦੇ ਆ ਹੁਣ ਜਿਵੇਂ ਦੇਖ ਲਓ ਕਿ ਮੇਰੇ ਪਿੰਡ ਕਈ ਆ ਰਹੀ ਸਟੇਜ ਲੱਗਦੀ ਆ ਕਿਸੇ ਨਾ ਪੋਲਿਟੀਕਲ ਪਾਰਟੀ ਦੇ ਨੇਤਾ ਨੇ ਆਉਣਾ ਆ ਤੇ ਉੱਤੇ ਉਹਨਾਂ ਨੇ ਚਾਰ ਕੀ ਬੰਦੇ ਬਿਠਾਏ ਹੁੰਦੇ ਆ ਉਹ ਪੰਜ ਚਾਰ ਤੋਂ ਉਹਨਾਂ ਦੇ ਮੋਤਵਾਰ ਹੁੰਦੇ ਨੇ ਤੇ ਬਾਕੀ ਜਿਹੜੇ ਵਿਚਾਰੇ ਮੇਰੇ ਵਰਗੇ ਦੁੱਕੇ ਤਿੱਕੇ ਹੁੰਦੇ ਨੇ ਉਹ ਥੱਲੇ ਹੀ ਹਾਰ ਲੈ ਕੇ ਖੜੇ ਰਹਿੰਦੇ ਨੇ ਜਦੋਂ ਜਦੋਂ ਪੋਲਿਟਿਕਸ ਵਾਲੇ ਆਉਂਦੇ ਆ ਉਹ ਵੀ ਹੱਥ ਤੇ ਸਸਤੀ ਗੱਲ ਸਸਤੀ ਗੱਲ ਕਰਕੇ ਉਹ ਹਾਰ ਜਿਹੜੇ ਕਹਿੰਦੇ ਪੀਐਨ ਨੂੰ ਫੜਾ ਦੋ ਅਸੀਂ ਇੰਨੇ ਚ ਖੁਸ਼ ਹੁੰਨੇ ਜੀ ਪੀਐਨ ਸਾਡਾ ਹਾਰ ਫੜ ਲਿਆ ਪਰ ਇਹ ਜਿਹੜੀਆਂ ਇਹ ਲੋਕਾਂ ਦੀਆਂ ਤਕਰੀਰਾਂ ਨੇ ਇਹ ਲੋਕਾਂ ਦੀਆਂ ਆਪਦੀਆਂ ਮੁਸ਼ਕਲਾਂ ਨੇ ਤੇ ਉਹਨਾਂ ਦੇ ਹੱਲ ਵੀ ਆਪ ਲੱਭਣ ਤੁਰਪੇ ਨੇ ਫਿਰ ਇਹ ਸਟੇਜ ਵੀ ਉਹਨਾਂ ਦੀ ਆ ਤੇ ਜਿਹੜੇ ਸਟੇਜ ਤੇ ਚੜਦੇ ਨੇ ਉਹ ਵੀ ਭਾਗ ਵਾਲ ਲੋਕਤੰਤਰ ਦੀ ਲੋਕਾਂ ਦੀ ਔਰ ਪੰਜਾਬ ਦੀ ਹਰਿਆਣਾ ਦੀ ਔਰ ਯੂਪੀ ਦੀ ਜੀ ਖਿਰਸਬ ਤੁਸੀਂ ਨਾਮ ਲਿਆ ਰਕੇਸ਼ ਟਕੈਤ ਦਾ ਤੇ ਵਾਕਈ ਭਾਰਤ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਇੱਕ 스타 ਬਣ ਕੇ ਉੱਭਰੇ ਨੇ ਤੇ ਮੈਂ ਥੋੜਾ ਜਿਹਾ ਕੰਪੈਰੀਜ਼ਨ ਕਰ ਦਿੰਦਾ ਮੈਂ ਰਹਿਾਨਾ ਦੇ ਨਾਲ ਕਿ ਜਦੋਂ ਥੋੜਾ ਜਿਹਾ ਅਸੀਂ ਬਾਰ ਬਾਰ ਗੱਲ ਕਰ ਰਹੇ ਹਾਂ ਕਿ ਥੋੜਾ ਜਿਹਾ ਜੇ ਸਾਡਾ ਕਿਸਾਨੀ ਅੰਦੋਲਨ ਥੋੜਾ ਜਿਹਾ ਨੀਵੇਂ ਗਿਆ ਨਾ ਤੇ ਰਕੇਸ਼ ਟਕੈਤ ਨੇ ਦੁਬਾਰਾ ਫੇਰ ਭਾਰਤ ਵਿੱਚ ਇਸ ਨੂੰ ਖੜਾ ਕਰ ਦਿੱਤਾ ਤੇ ਰਿਹਾਨਾ ਨੇ ਵੀ ਇੱਕ ਸਿੰਗਲ ਟਵੀਟ ਦੇ ਕਰਕੇ ਉਹਨਾਂ ਨੇ ਕੀਤਾ ਸਿਰ ਭਾਰਤ ਵਿੱਚ ਦੁਬਾਰਾ ਸੁਨ ਸਰਜੀਤ ਬਟ ਰਿਹਾਨਾ ਉਹਨਾਂ ਨੇ ਇੰਟਰਨੈਸ਼ਨਲੀ ਉਸ ਪੂਰੇ ਅੰਦੋਲਨ ਨੂੰ ਪੂਰੀ ਦੁਨੀਆ 'ਚ ਪਹੁੰਚਾ ਦਿੱਤਾ ਕਿਉਂਕਿ ਉਹਨਾਂ ਦੇ ਜਿਹੜੇ ਫਾਲੋਅਰਸ ਸੀ 10 ਕਰੋੜ ਤੋਂ ਵੱਧ ਫਾਲੋਅਰਸ ਨੇ ਜਿਸ ਤੋਂ ਬਾਅਦ ਹੋਰਾਂ ਲੋਕਾਂ ਨੇ ਵੀ ਉਹਨਾਂ ਨੂੰ ਦੁਬਾਰਾ ਰੀਸ਼ੇਅਰ ਕੀਤਾ ਤੇ ਹੋਰ ਅੱਗੇ ਤੋਂ ਅੱਗੇ ਜਿਹੜਾ ਸਰਕਲ ਹੈ ਉਹ ਵੱਧਦਾ ਜਾਂਦਾ ਹੈ ਯਾਨੀ ਕਿ ਕਿੰਨੇ ਅਰਬੋ ਖਰਬ ਲੋਕਾਂ ਤੱਕ ਸਾਡਾ ਜਿਹੜਾ ਕਿਸਾਨੀ ਅੰਦੋਲਨ ਹੈ ਮੈਸੇਜ ਹੈ ਉਹ ਤੇ ਪਹੁੰਚਦਾ ਸੋ ਦੋਨੋਂ ਹੀ 스타 ਸਾਡੇ ਨੇ ਐਂ ਦੋਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਕਿ ਤੁਸੀਂ ਦੋਨਾਂ ਨੇ ਅੰਦੋਲਨ ਨੂੰ ਹੋਰ ਉਹਨਾਂ ਨੇ ਵੱਡਾ ਕਰ ਦਿੱਤਾ ਹੈ। खैर ਸਭ ਇਸ ਤੋਂ ਬਾਅਦ ਹੁਣ ਅਗਲੀ ਗੱਲ ਕਰੀਏ। ਤੇ ਸੁਪਰੀਮ ਕੋਰਟ ਨੇ ਕੱਲ ਇਨਕਾਰ ਕਰਤਾ ਕਿ ਜਿਹੜੀ 26 ਜਨਵਰੀ ਦੀ ਜਿਹੜੀ ਵੀ ਮੰਦਪਾਗੀ ਘਟਨਾ ਹੋਈ ਹੈ ਅਸੀਂ ਉਹਦੇ ਉੱਪਰ ਜਾਂਚ ਨਹੀਂ ਕਰ ਰਹੇ ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਆਪਣਾ ਕੰਮ ਕਰ ਰਹੀ ਹੈ ਸੋ ਸਾਨੂੰ ਉਹਨਾਂ ਤੇ ਬੜਾ ਵਿਸ਼ਵਾਸ ਹੈ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਕਿ ਸੁਪਰੀਮ ਕੋਰਟ ਤੋਂ ਬਾਅਦ ਹਾਈ ਕੋਰਟ ਵੀ ਆਏ ਗੱਲ ਕਰੇਗਾ ਕਿਉਂਕਿ ਜਿਵੇਂ ਸਾਨੂੰ ਸਰਕਾਰਾਂ ਤੇ ਵਿਸ਼ਵਾਸ ਨਹੀਂ ਹੈ ਕਿ ਕਿਹੋ ਜੀ ਜਾਂਚ ਕਰਨਗੇ ਕਿਹੋ ਜੀ ਨਹੀਂ ਜਾਂਚ ਕਰਨਗੇ ਕਿਉਂਕਿ ਇਤਿਹਾਸ ਗਵਾ ਹੈ ਕਿ ਖੁਦ ਆਪ ਮਤਲਬ ਪੂਰੀ ਪਾਰਟੀ ਆਪਣੀ ਇਨਵੈਸਟੀਗੇਸ਼ਨ ਟੀਮ ਬਣਾ ਕੇ ਖੁਦ ਉਹਦੇ ਮੁਖੀ ਬਣ ਕੇ ਤੇ ਖੁਦ ਕੀ ਕੁਝ ਕਰਦੇ ਰਹੇ ਨੇ ਸੋ ਸਾਨੂੰ ਜਿਹੜਾ ਵੀ ਕੁਝ ਜਿਹੜਾ ਇਸ ਨੂੰ ਪੂਰਾ ਜਾਂਚ ਕਰੇਗੀ 26 ਜਨਵਰੀ ਵਾਲੇ ਪੂਰੇ ਦਿਨ ਦੀ ਉਹ ਕਿੱਧਰ ਨੂੰ ਫੈਸਲਾ ਸੁਣਾਏਗੀ ਦੇਖੋ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਗੱਲ ਕਰ ਲਈਏ ਤਾਂ ਸੁਪਰੀਮ ਕੋਰਟ ਪਹਿਲਾਂ ਆਪਣੀ ਸਾਖ ਅਗਵਾ ਚੁੱਕਾ ਜਦੋਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾ ਦਿੱਤੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਮੁੱਖ ਜੱਜ ਜਿਹੜੇ ਨੇ ਬੋਬ ਦੇ ਸਾਹਿਬ ਉਹਨਾਂ ਨੂੰ ਬਾਰ-ਬਾਰ ਆ ਕੇ ਕਹਿਣਾ ਪਿਆ ਵੀ ਭਈ ਅਸੀਂ ਕੱਲੀ ਕਮੇਟੀ ਬਣਾਈ ਸੀ ਅਸੀਂ ਕਿਹੜਾ ਡਿਸੀਜਨ ਲੈ ਲਿਆ ਸੀ ਪਰ ਇਹ ਗੱਲ ਉਹੀ ਆ ਵੀ ਅਸੀਂ ਵਿਆਹ ਰੱਖ ਲਿਆ ਮੁੰਡੇ ਦਾ ਤਾਂ ਜਵਾਈ ਆ ਕੇ ਪੁੱਛੇ ਵੀ ਮੇਰੇ ਤੋਂ ਪੁੱਛੇ ਕਿਦਾਂ ਰੱਖ ਲਿਆ ਉਹ ਕਹਿੰਦਾ ਜੀ ਵਿਆਹ ਕਿਹੜਾ ਕੀਤਾ ਆ ਵਿਆਹ ਰੱਖਿਆ ਹੀ ਆ ਹੱਲੇ ਤੇ ਤੋਂ ਬਿਨਾ ਥੋੜੀ ਵਿਆਹ ਹੋ ਸਕਦਾ ਇਹ ਗੱਲ ਉਦਾਂ ਦੀ ਆ ਹਮਮ ਉਹ ਸੁਪਰੀਮ ਕੋਰਟ ਦੀ ਸਾਖ ਜਿਹੜੀ ਐ ਉਹਨੂੰ ਐਵੇਂ ਨਹੀਂ ਲੋਕੀ ਕਹਿੰਦੇ ਕਿ ਨਹੀਂ ਬਈ ਸਾਨੂੰ ਇੱਥੇ ਯਕੀਨ ਹੁਣ ਘਟ ਗਿਆ ਸਾਡਾ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਪਹਿਲੇ ਕਿਹਾ ਵੀ ਗੱਲ ਜਿਹੜੀ ਐ ਉਹ ਸਿਰਫ ਤੇ ਸਿਰਫ ਸਰਕਾਰ ਦੇ ਦਿਵਾਲੇ ਤੇ ਸਾਡੇ ਵਿਚਕਾਰ ਹੋ ਸਕਦੀ ਐ ਸੁਪਰੀਮ ਕੋਰਟ ਨੂੰ ਅਸੀਂ ਨਹੀਂ ਚਾਹਤੇ ਫਿਰ ਸੁਪਰੀਮ ਕੋਰਟ ਦਾ ਐਦਾਂ ਆਉਣਾ ਉਸ ਤੋਂ ਬਾਅਦ ਉਹ ਤਕੀਆਂ ਨੂਸ ਹੋ ਜਾਣਾ ਉਹਨਾਂ ਦੀ ਜਿਹੜੀ ਕਮੇਟੀ ਐ ਫਿਰ ਇਹ ਕਿਤੇ ਨਾ ਕਿਤੇ ਅਜੇ ਵੀ ਦੱਸ ਰਹੀ ਐ ਕਿ ਸਾਖਾਂ ਜੜੀਆਂ ਨੇ ਉਹ ਅਜੇ ਵੀ ਚੰਗੀਆਂ ਨਹੀਂ ਹੈਗੀਆਂ ਸੋ ਜਦੋਂ ਅਸੀਂ ਸਵਾਲ ਕਰਦੇ ਹਾਂ ਕਿ ਉਹਨਾਂ ਨੇ ਨਾ ਕਰ ਦਿੱਤੀ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਕਰਕੇ ਨਾ ਕਰ ਦਿੱਤੇ ਵੀ ਕੱ ਸਵਾਹ ਉਹਨਾਂ ਵਾਲੀ ਗੱਲ ਹੋ ਜਾਣੀ ਆ ਇਸ ਕਰਕੇ ਅਸੀਂ ਬਾਹਰ ਹੀ ਚੰਗਿਆਂ ਬਾਈ ਇਹ ਆਪਦੀਆਂ ਲੜਾਈਆਂ ਇਹ ਆਪ ਨੂੰ ਜਿੱਟ ਲੈਣਾ ਜੀ ਪਰ ਖੈਰ ਸਾਬ ਤੁਸੀਂ ਹੁਣ ਅਗਰ ਕਮੇਟੀ ਦਾ ਜ਼ਿਕਰ ਕੀਤਾ ਤਾਂ ਕਿੱਥੇ ਗਈ ਕਮੇਟੀ ਕਿਹੜਾ ਨਾ ਗੱਲਬਾਤ ਕਰ ਰਹੀ ਕਮੇਟੀ ਤੇ ਕਮੇਟੀ ਕੰਮ ਕੀ ਕਰਦੀ ਏ ਕਿਸੇ ਨੂੰ ਨਹੀਂ ਪਤਾ ਕਿ ਆਪਦੀਆਂ ਬਣਾਈਆਂ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨਾਲ ਗੱਲਬਾਤ ਕਰ ਰਹੀ ਏ ਉਹਨਾਂ ਦੇ ਸਾਈਨ ਲੈ ਰਹੀ ਏ ਕਿ ਹਾਂ ਤੁਸੀਂ ਸਾਈਨ ਕਰ ਦੋ ਤੁਸੀਂ ਸਪੋਰਟ ਕਰਦੇ ਹੋ ਕਿੱਥੇ ਗਈ ਕਮੇਟੀ ਤਿੰਨ ਬੰਦੇ ਤਾਂ ਰਹਿ ਗਏ ਸੀਗੇ ਉਹ ਕੰਮ ਕਰ ਵੀ ਰਹੇ ਨੇ ਜਾਂ ਨਹੀਂ ਕਰ ਰਹੇ ਜਾਂ ਸਿੱਧੇ 2-3 ਮਹੀਨੇ ਬਾਅਦ ਕਹਿਣ ਦੇ ਦਗੇ ਕਿ ਹਾਂ ਵੀ ਇਹ ਸੀ ਆ ਕੰਮ ਕੀਤਾ ਤੇ ਆ ਸਾਡੀ ਰਿਪੋਰਟ ਹੈ ਆ ਚੈੱਕ ਕਰ ਲਓ ਸੋ ਕਮੇਟੀ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਹੈ ਉਹਦੀ ਗੱਲ ਕੋਈ ਨਹੀਂ ਕਰ ਰਿਹਾ ਪਤਾ ਹੀ ਨਹੀਂ ਉਹ ਕਿੱਥੇ ਬੈਠੇ ਨੇ ਘਰਾਂ 'ਚ ਬੈਠੇ ਨੇ ਜ਼ੂਮ ਤੇ ਕਲਾਸਿਸ ਲੈ ਰਹੇ ਨੇ ਜਾਂ ਗੱਲਾਂਬੱਤਾ ਕਰ ਰਹੇ ਨੇ ਸਰਕਾਰ ਦੇ ਨਾਲ ਉਹ ਗੱਲਾਂ ਚਲੋ ਬਾਅਦ 'ਚ ਕਰਦੇ ਆ ਤੇ ਜੇਕਰ ਗੱਲ ਕਰੀਏ ਹੁਣ ਕਿਸਾਨੀ ਅੰਦੋਲਨਤੀ ਤੇ ਤਾਂ ਅਸੀਂ ਜਿਵੇਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਭਾਰਤ ਵਿੱਚ ਚੱਲ ਰਿ ਹੁਣ ਹੋ ਕੀ ਰਿਹਾ ਪਿੰਡਾਂ ਵਿੱਚ ਤੋਂ ਸਾਰੇ ਜਿਹੜੇ ਟਰਾਲੀ ਭਰ ਕੇ ਲੋਕੀ ਜਾ ਹੀ ਰਹੇ ਨੇ ਡਿਊਟੀਆਂ ਬਣ ਲੀਆਂ ਹੋਈਆਂ ਨੇ ਪਰ ਹੁਣ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਪੂਰੇ ਚੰਗੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ ਪਹਿਲਾਂ ਵੀ ਸੀ ਪਰ ਹੁਣ ਦੁਬਾਰਾ ਇੱਕ ਵਾਰ ਫੇਰ ਚੰਗੇ ਤਰੀਕੇ ਨਾਲ ਸਾਹਮਣੇ ਆ ਰਹੇ ਨੇ ਐਂਡ ਉਹਨਾਂ ਨੇ ਖੈਰ ਸਰਬ ਇੱਕ ਟਾਈਮਿੰਗ ਬਣ ਲਈ ਹੈ ਕਿ ਹਰ ਰੋਜ਼ ਸ਼ਾਮ ਨੂੰ ਅਸੀਂ ਸ਼ਹਿਰ ਦੇ ਇਸ ਮੇਨ ਥਾਂ ਦੇ ਉੱਤੇ ਸ਼ਾਮ ਨੂੰ ਇਕੱਠੇ ਹੋਵਾਂ ਕਰਾਂਗੇ ਤੇ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਤੇ ਲੋਕਾਂ ਤੱਕ ਹੋਰ ਲੋਕਾਂ ਤੱਕ ਆਪਣੀ ਆਵਾਜ਼ ਦੱਸਾਂਗੇ ਕਿ ਇਹ ਕਾਰਨ ਤੋਂ ਸਾਡੇ ਕਿਸਾਨ ਉੱਤੇ ਬੈਠੇ ਨੇ ਤਾਂ ਤੁਸੀਂ ਵੀ ਸਾਡੇ ਨਾਲ ਅਗੇ ਸ਼ਾਮਿਲ ਹੋਵੋ ਤਾਂ ਕਿਸੇ ਨਾ ਕਾ ਹਰទਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਗੱਲ ਕਰਦਾ ਚੰਡੀਗੜ੍ਹ ਦੇ ਵਿੱਚ ਤਾਂ ਚੰਡੀਗੜ੍ਹ ਵਿੱਚ ਹੁਣ ਹਰ ਰੋਜ਼ ਉੱਥੇ ਸੈਕਟਰ 17 ਜਾਂ ਹੋਰਾਂ ਜਿਹੜੇ ਸੈਕਟਰ ਨੇ ਉੱਥੇ ਲੋਕ ਇਕੱਠੇ ਹੁੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਜਿਹੜੀ ਹਮਾਇਤ ਕਰਦੇ ਨੇ ਆਵਾਜ਼ ਚੁਕਦੇ ਨੇ ਕਿਸਾਨਾਂ ਦੇ ਨਾਲ ਖੜ ਕੇ ਇਸ ਤੋਂ ਇਲਾਵਾ ਜੇਕਰ ਮੈਂ ਜਲੰਧਰ ਦੀ ਗੱਲ ਕਰਾਂ ਤਾਂ ਜਲੰਧਰ ਵਿੱਚ ਵੀ ਕੱਲ ਨੂੰ ਨਿੱਕੂ ਪਾਰਕ ਦੇ ਕੋਲ ਕਾਫੀ ਸਾਰੇ ਲੋਕ ਉੱਥੇ ਇਕੱਠੇ ਹੋਏ ਨੇ ਲੋਕ ਭਾਵੇਂ ਬਾਰਿਸ਼ ਵਾਲਾ ਦਿਨ ਸੀਗਾ ਖੈਰ ਸਾਹਿਬ ਬਾਰਿਸ਼ ਹੁਣ ਲਗਾਤਾਰ ਹੋਣੀ ਸ਼ੁਰੂ ਹੋਏਗੀ ਬਾਰਿਸ਼ ਵਿੱਚ ਵੀ ਬਾਰਿਸ਼ ਤੋਂ ਪੰਜ ਸੱਟ ਪਹਿਲਾਂ ਵੀ ਲੋ ਦੇਖੋ ਮੈਂ ਪਹਿਲਾਂ ਹੀ ਦੱਸ ਤੁਹਕਾ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਨ ਲੰਦੋਨਾਂ ਦਾ ਅੰਦੋਲਨ ਹੈ ਲੋਕਾਂ ਦਾ ਅੰਦੋਲਨ ਹੈ ਲੋਕੀ ਹੁਣ ਇਸ ਕਰਕੇ ਨਹੀਂ ਲੜ ਰਹੇ ਕਿ ਇਹ ਕੱਲਾ ਕਿਸਾਨੀ ਅੰਦੋਲਨ ਹੈ ਉਹਨੂੰ ਸਰਕਾਰਾਂ ਦੇ ਧੱਕੇ ਦਾ ਪਤਾ ਲੱਗਦਾ ਜਦੋਂ 10 ਏਕੜਾਂ ਦੀ ਤੁਸੀਂ ਬੈਰੀਕੇਟਿੰਗ ਕਰਦੇ ਆ ਤੇ ਉਹ ਬੈਰੀਕੇਟਿੰਗ ਹੀ ਅਨਮੋਲਕੀ ਆ ਹੁਣ ਜਿਹੜਾ ਨਾਲ ਨਹੀਂ ਵੀ ਸੀਗਾ ਹੁਣ ਉਹ ਵੀ ਨਾਲ ਤੁਰ ਹੋਇਆ ਵੀ ਸਰਕਾਰ ਨੂੰ ਐਡਾ ਕਿਹੜਾ ਡਰ ਆ ਸਾਨੂੰ ਤੇ ਕੋਈ ਸਰਦਾਰਾਂ ਤੋਂ ਡਰ ਨਹੀਂ ਲੱਗਿਆ ਮੈਂ ਜਦੋਂ ਦਿੱਲੀ ਗਿਆ ਤੇ ਉੱਥੇ ਇੱਕ ਬੀਬੀ ਸਾਨੂੰ ਮਿਲੀ ਆ ਤੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕਿਵੇਂ ਹੋ ਕਹਿੰਦੀ ਜੀ ਮੈਂ ਤਾਂ ਠੀਕ ਆ ਮੈਨੂੰ ਲੱਗਦਾ ਕਿ ਜਿਹੜੇ ਆਲੇ ਦੁਆਲੇ ਆ ਉਹ ਵੀ ਬਹੁਤ ਠੀਕ ਹੈ ਕਹਿੰਦੀ ਕਿ ਤੇ ਛੋਟੇ ਛੋਟੇ ਬੱਚੇ ਖਿਲਦੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਦਾਂ ਹਾਲਚਾਲ ਕੀ ਹੈ ਕਹਿੰਦੇ ਜੀ ਸਿੰਘ ਸਰਦਾਰ ਆਏ ਆ ਰੋਜ਼ 3 ਟਾਈਮ ਦਾ ਖਾਣਾ ਔਰ ਐਸੀ ਚੀਜ਼ੇ ਮਿਲਦੀ ਕਦੇ ਖਾਈ ਨਹੀਂ ਥੀ ਜੀ ਉਹ ਤੇਕੇ ਦਾ ਤਰੀਕਾ ਦੇਖ ਲੋ ਕਿਉ ਸਰਦਾਰ ਨੇ ਜਿਹੜੇ ਕਿ ਪਰਫੁੱਲਤ ਕਰ ਰਹੇ ਨੇ ਆਸ-ਪਾਸੇ ਦੇ ਲੋਕਾਂ ਨੂੰ ਸਕੂਲ ਬੱਚਿਆਂ ਨੂੰ ਪੜਾਉਂਦੇ ਨੇ ਉੱਥੇ ਸਕੂਲ ਦਿਆਂ ਨੂੰ ਉਹਨਾਂ ਨੂੰ ਜੁੜਿੰਦੀਆਂ ਚੀਜ਼ਾਂ ਦਿੰਦੇ ਨੇ ਜੇ ਕਿਸੇ ਦਾ ਕੋਈ ਕਰਜ਼ਾ ਮਾਫ਼ ਕਰਾ ਦਿੰਦੇ ਨੇ ਸਾਈਡਾਂ ਤੇ ਜਾਂਦੇ ਜਾਂਦੇ ਵੱਧ ਪੈਸੇ ਦੇ ਕੇ ਚਾਹ ਪੀ ਲੈਂਦੇ ਨੇ ਇਹ ਸਰਦਾਰ ਨੇ ਇਹ ਪੰਜਾਬੀ ਨੇ ਇਹ ਹਰਿਆਣਵੀ ਨੇ ਜਿਨ੍ਹਾਂ ਦੇ ਦਿਲ ਬਹੁਤ ਖੁੱਲੇ ਨੇ ਸੋ ਉਹਨਾਂ ਨੂੰ ਲੱਗਦਾ ਕਿ ਬਈ ਸਾਡੇ ਕੋਲ ਸਾਨੂੰ ਤੇ ਇਹਨਾਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਸਰਕਾਰ ਨੂੰ ਇਹਨਾਂ ਤੋਂ ਕਿਹੜੀ ਗੱਲ ਦਾ ਡਰ ਲੱਗ ਰਿਹਾ ਜਿਹੜੇ ਸੋ ਕਾਲਡ ਇਹਨਾਂ ਨੇ ਲੋਕਲਸ ਕਹੇ ਸੀਗੇ ਉਹ ਲੋਕਲਸ ਤਾਂ ਨਿਕਲੇ ਨਹੀਂ ਸਰਕਾਰ ਜਿਹੜੀ ਹੈ ਉਹ ਬਿਲਕੁਲ ਹਰ ਬੰਨਿਓ ਜੇ ਜ ਸਰਕਾਰ ਜਿਹੜੀ ਹੈ ਉਹ ਅੰਦੋਲਨ ਦੀ ਕਿਲਾਬੰਦੀ ਕਰ ਰਹੀ ਹੈ ਤੇ ਸਰਕਾਰ ਜਿਹੜੀ ਉਹ ਆਪਣੇ ਪੁੱਟੇ ਹੋਏ ਖੱਡੇ ਦੇ ਵਿੱਚ ਆਪ ਹੀ ਡਿੱਗਦੀ ਜਾ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਉਹਨਾਂ ਦਾ ਪੁੱਟਿਆ ਹੋਇਆ ਜਿਹੜਾ ਟੋਆ ਹੈ ਇਹਨਾਂ ਨੂੰ ਉਹ ਲੈਬਲਟੂਗਾ ਸਰਕਾਰ ਸ਼ਾਇਦ ਉਹਦੇ ਵਿੱਚ ਦੱਬ ਵੀ ਜਾਵੇ ਤੇ ਇਹਨ ਵੀ ਨਾ ਲੱਗੇ ਜੀ ਸੋ ਵਾਕਿ ਤਿਆਰੀ ਜਿਹੜੀ ਹੈ ਕਿਸਾਨਾਂ ਵੱਲੋਂ ਪੂਰੀ ਕੀਤੀ ਜਾ ਚੁੱਕੀ ਹੈ ਤੇ ਅਗਲਾ ਦਿਨ ਜਿਹੜਾ ਉਹਨਾਂ ਨੇ ਮਿੱਥਿਆ ਹੈ ਉਹ ਹੈ 6 ਫਰਵਰੀ ਦਾ ਦੋਸਤੋ ਜਿਸ ਦਿਨ 12 ਵੇ ਤੋਂ ਲੈ ਕੇ 3 ਵੇ ਤੱਕ ਪੂਰਾ ਜਿਹੜਾ ਭਾਰਤ ਉਹ ਬੰਦ ਕੀਤਾ ਜਾਏਗਾ ਚੱਕਾ ਜਾਮ ਹੋਏਗਾ ਸਾਰੇ ਹੀ ਜਿਹੜੇ ਰਾਸ਼ਟਰੀ ਮਾਰਗ ਨੇ ਜਾਂ ਫਿਰ ਅੰਤਰਰਾਸ਼ਟਰੀ ਜਿਹੜੇ ਮਾਰਗ ਨੇ ਉੱਥੇ 12 ਵੇ ਤੋਂ ਲੈ ਕੇ 3 ਵੇ ਤੱਕ ਚੱਕਾ ਜਾਮ ਕੀਤਾ ਜਾਏਗਾ ਲੋਕਾਂ ਨੂੰ ਜਾਣ ਦੀ ਜਿਹੜੀ ਮਨਾਹੀ ਹੈ ਉੱਥੇ ਹੋਵੇਗੀ ਸੋ ਦੋਸਤਾਂ ਨੂੰ ਪਹਿਲਾਂ ਹੀ ਦੱਸ ਦਈਏ ਕਿ ਜੇਕਰ ਜਨਾਬ ਤੁਹਾਡਾ ਕੋ ਪਲਾਨ ਹੈ ਐਤੋਦਰ ਜਾਣ ਦਾ ਤਾਂ ਉਸ ਸਮੇਂ ਥੋੜਾ ਗੁਰੇਜ਼ ਕਰੋ ਐਂਡ ਕਿਸਾਨਾਂ ਦੇ ਨਾਲ ਉਹਤੇ ਬੈਠੇ ਨੇ ਪਿਛਲੇ ਇਹਨੇ ਲੰਮੇ ਸਮੇਂ ਤੋਂ ਕੋਈ ਕਾਰਨ ਸੋ ਉਹਨਾਂ ਦੇ ਸਪੋਰਟ ਵਿੱਚ ਤੁਸੀਂ ਆਪਣੀ ਜਿਹੜੀ ਸਪੋਰਟ ਹੈ ਚੰਗੀ ਤਰ੍ਹਾਂ ਦੇਣੀ ਹੈ ਤੇ ਇਸ ਪੂਰੇ ਜਿਹੜਾ ਦਿਨ ਉਹਨਾਂ ਨੇ ਉਲੀਕਿਆ ਜਿਹੜਾ ਦਿਨ ਉਹਨਾਂ ਨੇ ਮਿਥਿਆ ਉਸ ਨੂੰ ਸਕਸੈਸਫੁਲ ਬਣਾਉਣਾ ਹੈ ਵਕੀ ਜੀ ਸਫਲਤਾ ਜਿਹੜੀ ਹੈ ਉਹ ਕੱਲਿਆ ਨਹੀਂ ਆ ਸਕਦੀ ਜੇ ਦਿੱਲੀ ਦੇ ਬਾਰਡਰ ਅਸੀਂ ਬੈਠੇ ਆਂ ਤੇ ਅਸੀਂ ਇਹ ਕੱਲੇ ਨਹੀਂ ਬੈਠੇ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਔਰ ਤੁਸੀਂ ਆਪਣਾ ਸਹਿਯੋਗ ਦਿੰਦੇ ਰਹੋ ਔਰ ਅਸੀਂ ਤੁਹਾਡੇ ਤੱਕ ਹਰ ਖਬਰ ਜਿਹੜੀ ਹੈ ਉਹ ਲੈ ਕੇ ਆਉਂਦੇ ਰਵਾਂਗੇ ਪੰਜਾਬ ਮੇ ਲਈ ਯੂਐਸਟੀਵੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ